ਸਤਿ ਸ੍ਰੀ ਅਕਾਲ ਤੁਸੀਂ ਵੀ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉਹਗੇ ਵਿਦਵਾਨ ਡਾਕਟਰ ਪਿਆਰਾ لال ਗਰਗ ਮੌਜੂਦ ਨੇ ਅਸੀਂ ਬਿਹਤਰ ਹੈ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਜ਼ਰੂਰ ਸਵਾਗਤ ਤੁਹਾਡਾ ਗਰਗ ਸਾਹਿਬ ਫਿਰ ਚਲ ਬੀਤੇ ਦਿਨੀ ਮੇਰੀ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਕੇਂਦਰੀ ਜੇਲ ਪਟਿਆਲਾ ਵਿੱਚ ਮੁਲਾਕਾਤ ਕੋਈ ਕਰ ਸਭ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਇੱਥੇ ਮੈਂ ਸ਼ੁਰੂ ਦੇ ਦਰਸ਼ਕਾਂ ਨੂੰ ਜਾਣਕਾਰੀ ਲਈ ਦੱਸ ਦੇਣਾ ਕਿ ਕੱਲ੍ਹ ਨੂੰ 19 ਤਰੀਕ ਨੂੰ 19 ਅਕਤੂਬਰ ਨੂੰ ਕੇਂਦਰੀ ਸਿੰਘ ਸਭਾ ਦੇ ਵਿੱਚ ਇੱਕ ਵੱਡਾ ਇਕੱਠ ਵੱਡੀ ਮੀਟਿੰਗ ਸੱਦੀ ਗਈ ਆ ਤੇ ਉਹਦੇ ਵਿੱਚ ਅਗਲੇ ਫੈਸਲੇ ਹੋਣਗੇ ਡਾਕਟਰ ਗਰਗ ਸਾਹਿਬ ਤੇ ਡਾਕਟਰ ਖੁਸ਼ਵੰਤ ਸਿੰਘ ਤੇ ਹੋਰ ਜਿੰਨੇ ਪਤਵੰਤੇ ਨੇ ਜਾਂ ਫੋਰ ਜਿਹੜੇ ਸਿਵਲ ਸੁਸਾਇਟੀਆਂ ਉਹ ਸਾਰੇ ਜਿਹੜੇ ਮਿਲ ਕੇ ਇਸ ਦਾ ਪ੍ਰਾਲਾ ਕਰ ਰਹੇ ਨੇ ਜਿਹੜੀ ਗੱਲ ਮਾਲੀ ਸਾਹਿਬ ਨੇ ਉੱਥੇ ਅੰਦਰ ਜ਼ਿਕਰ ਕੀਤਾ ਕਿਉਂਕਿ ਲੰਮੀ ਚੋੜੀ ਗੱਲਬਾਤ ਕੋਈ ਉਹਨਾਂ ਨੇ ਦੱਸਿਆ ਕਿ ਕਿਸ ਢੰਗ ਦੇ ਨਾਲ ਜੇਲ੍ਹਾਂ ਦੇ ਅੰਦਰ ਨੈਕਸਸ ਚੱਲਦਾ ਹੈ ਨਸ਼ਿਆਂ ਨੂੰ ਲੈ ਕੇ ਜਾਂ ਕਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਮੁੱਖ ਮੰਤਰੀ ਬਣ ਕੇ ਡਬਲ ਇੰਜਨ ਬਣ ਕੇ ਡਬਲ ਇੰਜਨ ਸਰਕਾਰ ਹੈ ਨਾ ਉਹ ਭਾਜਪਾ ਵਾਲੇ ਕਹਿੰਦੇ ਕਿ ਸਾਡੀ ਡਬਲ ਇੰਜਨ ਸਰਕਾਰ ਚੱਲਦੀ ਜਿੱਥੇ ਵੀ ਸੱਤਾ ਚਾਹੁੰਦੇ ਤੇ ਇਹ ਕਹਿੰਦੇ ਡਬਲ ਇੰਜਨ ਬਣ ਕੇ ਉਹਨਾਂ ਦੇ ਨਾਲ ਪੰਜਾਬ 'ਚ ਕੇਂਦਰ ਦੀਆਂ ਨੀਤੀਆਂ ਨੂੰ ਬੜੇ ਢੱਲੇ ਦੇ ਨਾਲ ਲਾਗੂ ਕਰ ਰਹੇ ਨੇ ਭਾਵੇਂ ਉਹ ਮਤਲਬ ਕਿ ਕਿਸਾਨਾਂ ਦੇ ਮਸਲੇ ਹੋਣ ਸਿੱਖਿਆ ਦੀ ਨੀਤੀ ਦੀ ਗੱਲ ਹੋਵੇ ਜਾਂ ਹੋਰ ਜਿੰਨੇ ਮਸਲੇ ਸਾਰਾ ਕੁਝ ਨਜ਼ਰ ਆਉਂਦਾ ਕਿ ਫੈਡਰਲ ਢਾਂਚੇ ਦੇ ਉੱਤੇ ਉਹ ਕਹਿੰਦੇ ਬਹੁਤ ਵੱਡੀ ਸੱਤ ਮਾਰ ਰਹੇ ਨੇ ਇਸ ਤਰੀਕੇ ਦੇ ਨਾਲ ਬਾਲੀ ਸਾਹਿਬ ਨੇ ਆਪਣੇ ਵਿਚਾਰ ਜਿਹੜੇ ਨੇ ਉੱਥੇ ਰੱਖੇ ਗਰਗ ਸਾਹਿਬ ਜਿਵੇਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਹ ਸਰਕਾਰ ਦੇ ਜਿਹੜੇ ਵਿੱਤੀ ਸਲਾਹਕਾਰ ਆਏ ਨੇ ਉਹਨਾਂ ਨੇ ਜਿਸ ਢੱਗ ਦੀ ਸਲਾਹ ਦਿੱਤੀ ਆ ਜਦੋਂ ਖਜ਼ਾਨੇ ਨੂੰ ਭਰਨ ਦੀ ਗੱਲ ਹੁੰਦੀ ਹੈ ਜਾਂ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੀ ਗੱਲ ਹੁੰਦੀ ਹੈ ਤਾਂ ਉੱਥੇ ਵਾਰ-ਵਾਰ ਆਪਾਂ ਵੀ ਕਈ ਵਾਰੀ ਮੈਨੂੰ ਲੱਗਦਾ ਹੋਰ ਵੀ ਕਈ ਥਾਂ ਤੇ ਇਹ ਗੱਲਾਂ ਹੁੰਦੀਆਂ ਨੇ ਕਿ ਜੀ ਪੰਜਾਬ ਦੇ ਵਿੱਚ ਜਿਹੜੀਆਂ ਬੇਲੋੜੀਆਂ ਗਰੰਟੀਆਂ ਨੇ ਜਾਂ ਬੇਲੋੜੀਆਂ ਸਬਸਿਡੀਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਤੇ ਜਿਉਂ ਦੀਆਂ ਸਲਾਹਾਂ ਹੁਣ ਵਿੱਤੀ ਸਲਾਹਕਾਰ ਦੇ ਰਹੇ ਨੇ ਕਿ ਵਾਕਈ ਉਹਦੇ ਨਾਲ ਪੰਜਾਬ ਦਾ ਖਜ਼ਾਨਾ ਪੈਰਾਂ ਸਿਰ ਹੁੰਦਾ ਜਾਂ ਫਿਰ ਜਿਵੇਂ ਮਾਲੀ ਸਾਹਿਬ ਕਹਿੰਦੇ ਕਿ ਇਹ ਕੋਈ ਕੇਂਦਰ ਨੂੰ ਖੁਸ਼ ਕਰਨ ਵਾਲੀਆਂ ਨੀਤੀਆਂ ਵਾਲੇ ਪਾਸੇ ਤੁਰਿਆ ਜਾ ਰਿਹਾ ਹੈ ਦੇਖੋ ਗੁਰਿੰਦਰ ਜੀ ਖਜ਼ਾਨੇ ਦਾ ਸਵਾਲ ਇੱਕ ਚੀਜ਼ ਨਾਲ ਜਾਂ ਦੂਜੀ ਚੀਜ਼ ਨਾਲ ਨਹੀਂ ਹੁੰਦਾ ਤੇ ਖਜ਼ਾਨੇ 'ਚ ਜੋ ਕੁਛ ਇਹਨੇ ਕਿਹਾ ਵੀ ਹੈ ਕਿਨੇ ਮਾਂ ਫਿਰ ਪੋਸੀ ਫੋਸੀ ਪੁੱਤ ਬਖਸ਼ੇ ਘਾਏ ਇਹ ਤੋਂ ਆ ਜੀਐਸਟੀ ਲੜੋ ਜੀ ਫਿਰ ਆਰਥੀਆਂ ਦੇ ਉੱਤੇ ਜੀਐਸਟੀ ਲੜੋ ਜੀ ਤੇ ਤੁਸੀਂ ਇੱਥੋਂ ਪੈਸੇ ਕੱਟੇ ਮਾਈਨਿੰਗ ਜੋ ਲੈ ਲਓ ਜੀ ਪੈਸੇ ਤੁਸੀਂ ਪੈਨਸ਼ਨਾਂ ਗੱਲ ਠੀਕ ਕਰ ਲੋ ਉਹਦੇ ਤੋਂ ਚੰਦ ਪੈਸਾ ਬਚੇ ਹੈ 1500 ਕਰੋੜ 1600 ਕਰੋੜ ਰੁਪਇਆ ਕਰਮੀ ਨੇ ਤੋੜਦਾ ਜਾ ਰਿਹਾ ਇਹ ਕੋਈ 1600 ਕਰੋੜ ਜਾ ਰਿਹਾ ਤਾਂ ਹਰੇਕ ਨੂੰ ਨਹੀਂ ਪਤਾ ਬਜਟ ਦੇ ਵਿੱਚ ਹੀ ਲਿਖਿਆ ਹੋਇਆ ਹੈ ਕਿਹੜੀ ਆਰਥਿਕ ਸਲਾਹਕ ਮੈਂ ਚ ਹਰਾਣ ਇਸ ਗੱਲ ਦੇ ਉੱਤੇ ਹਾਂ ਵੀ ਜਿਹੜਾ ਸਲਾਹਕਾਰ ਉਹ ਸਲਾਹ ਦਿੰਦਾ ਹੈ ਕਿ ਉਹ ਅੰਕੜੇ ਉੱਥੋਂ ਪੜ ਕੇ ਦੱਸ ਰਿਹਾ ਹੈ ਇਹ ਤਾਂ ਇਹਨੂੰ ਪਤਾ ਬਜਟ ਕੀ ਲਿਖਿਆ ਹੋਇਆ ਹੈ ਵੀ ਪੈਨਸ਼ਨ ਦਾ ਬਜਟ ਹੈ 20000 ਕਰੋੜ ਰੁਪਇਆ ਦਾ ਤਾਂ ਉਹ ਨਵੀਆਂ ਗੱਲਾਂ ਕਿੱਥੇ ਨੇ ਤੋ ਦੂਜੀ ਗੱਲ ਇਹ ਹੈ ਵੀ ਤੁਸੀਂ ਆਹਤੀਆਂ ਤੋਂ ਜੀਐਸਟੀ ਲੈ ਲੋ ਫਲਾਣੇ ਤੋਂ ਲੈ ਲੋ ਜੀਐਸਟੀ ਜੀਐਸਟੀ ਦੇ ਕੋਈ ਚੌਥ ਤਰੀਕੇ ਨੇ ਜਿੰਨਾ ਤੁਸੀਂ ਲਓ ਤੇ ਸਰਸਦੋਖ ਪਹਿਣਾ ਕੀਤੇ ਤੇ ਅਜੇ ਕਿਸੇ ਨੂੰ ਪਤਾ ਨਹੀਂ ਆਪਾਂ ਸਮਾਨ ਖਰੀਦਨਾ ਖਰੀਦਣਾ ਜੀ ਉਹਦੇ ਤੇ ਜਿਹੜਾ ਜੀਐਸਟੀ ਬੰਦਾ ਕੌਣ ਦਿੰਦਾ ਨਹੀਂ ਨਹੀਂ ਜਿਹੜਾ ਆਪਾਂ ਬਿੰਦਲ ਲਿਆ ਮਾਰ ਲਿਆ ਕੋਈ ਦੀ ਦਾ ਵਾਧੂ ਖਰੀਦਿਆ ਉਹਦੇ ਨਾਲ ਜੀਐਸਟੀ ਲੱਗਿਆ ਉਹ ਪੈਸੇ ਕੌਣ ਦਿੰਦਾ ਜੀਐਸਟੀ ਦੇ ਦੁਕਾਨਦਾਰ ਨਾ ਉਹ ਤਾਂ ਗਾਹਾਂ ਜਮਾ ਕਰਾ ਰਿਹਾ ਸਿਰਫ ਪੇਮੈਂਟ ਆਪਾਂ ਕਰ ਰਹੇ ਹਾਂ ਜਿਹੜਾ ਵੀ ਤੁਸੀਂ ਦਵਾਈ ਵੀ ਲੈਨੇ ਹੋ ਉਹਦੇ ਉੱਤੇ ਜਿਹੜਾ ਜੀਐਸਟੀ ਲੱਗਿਆ ਹੋਇਆ ਉਹ ਰਲ ਕੇ ਬਿੱਲ ਬਣਦਾ ਜੀ ਵਿੱਚ ਲਿਖਿਆ ਹੁੰਦਾ ਮੋਰ ਲੈਂਦਾ ਜੀਐਸਟੀ ਸੈਂਟਰ ਜੀਐਸਟੀ ਹੈ ਨਾ ਸਟੇਟ ਜੀਐਸਟੀ ਹੈ ਨਾ ਟੋਟਲ ਹੈ ਨਾ ਸੋ ਜਿਹੜਾ ਜੀਐਸਟੀ ਆਰਤੀਆਂ ਤੇ ਲੱਗੂ ਉਹ ਕਿਹਦੇ ਤੋਂ ਕੋਲੋਂ ਆਉਂੂ ਲੋਕਾਂ ਤੋਂ ਆਪਕਿਆ ਤੇ ਜੀਐਸਟੀ ਨਹੀਂ ਹੋਣਾ ਇਹ ਬਹਾਨਾ ਆਕੀਆਂ ਬਣਾਇਆ ਆ ਆhtੀਆਂ ਕੋਲੇ ਕੋਈ ਬੰਦਾ ਸਮਾਨ ਖਰੀਦੂ ਵੇਚੂ ਉਹਦੇ ਉੱਤੇ ਜੀਐਸਟੀ ਕਿਉਂ ਤੇ ਲੱਗਣਾ ਉਹਨੂੰ ਉਤੋਂ ਲੈ ਲੈਣਾ ਆਪਾਂ ਰੋਜ਼ ਹੀ ਸਮਾਨ ਖਰੀਦਦੇ ਆ ਜਿੰਨਾ ਵੀ ਆ ਟੈਕਸ ਬਸਾਂ ਚ ਟੈਕਸ ਲੱਗਿਆ ਹੋਇਆ ਬਸ ਦੇ ਟਿਕਟ ਦੇ ਵਿੱਚ ਹੀ ਟੈਕਸ ਹੈ ਨਾ 41 ਦਿੰਦਾ ਜਿਹੜਾ ਟਿਕਟ ਖਰੀਦਦਾ ਉਹੀ ਟੈਕਸ ਦੇ ਰਿਹਾ ਨਾ ਸਾਲ ਦੇ ਪੈਸੇ ਵੀ ਟਿਕਟਾਂ ਦਾ ਦੇ ਰਿਹਾ ਸੋ ਇਸ ਕਰਕੇ ਜੀਐਸਟੀ ਜਿਹੜਾ ਆਰਟੀਆਂ ਤੇ ਲਾਉਣਾ ਜਾਂ ਕਿਤੇ ਲਾਉਣਾ ਉਹ ਲੋਕਾਂ ਦੇ ਉੱਤੇ ਟੈਕਸ ਆਸੋਚ ਨਾਮ ਹੈ ਅਵਿਅਸਿਤ ਉੱਥੋਂ ਦਾ ਇਹ ਕਿਤੇ ਇਸ ਹਮੇਸ਼ਾ ਵੀ ਲੋ ਜਿਹੜਾ ਲੋਕ ਦੀ ਕਮਦਨ ਨਹੀਂ ਬਹੁਤੀ ਬੰਦੀ ਕੋਈ ਅੰਦਾਜ਼ੇ ਨਹੀਂ ਕੋਈ ਕੁਛ ਨਹੀਂ ਜੀਐਸਟੀ ਦਾ ਐ ਥੋੜਾ ਹੁੰਦਾ ਹਵਾ ਚ ਗੱਲ ਕਰਨੀ ਫਿਰ ਉਹਨੇ ਆਖਿਆ ਵੀ ਇੱਥੇ ਪੈਨਸ਼ਨਾਂ ਗਲਤ ਨੇ ਇਹ ਪੈਨਸ਼ਨਾਂ ਠੀਕ ਹੋਣੀਆਂ ਚਾਹੀਦੀਆਂ ਜਿਹੜੇ ਫालतੂ ਲਾ ਰਹੇ ਨੇ ਪੈਨਸ਼ਨਾਂ ਕੀ ਮੁਲਾਜ਼ਮ ਵੀ ਹੈਗੇ ਨੇ ਇਦਾਂ ਦੇ ਤੁਸੀਂ ਸਾਰਾ ਕਿਉਂ ਨਹੀਂ ਉਹਦਾ ਉਹ ਕਰਦੇ ਇਹ ਵੀ ਕੋਈ ਵੱਡੀ ਗੱਲ ਨਹੀਂ ਇਹ ਕਹਿਣ ਨਾਲ ਤਾਂ ਹੋਣਾ ਨਹੀਂ ਇਹ ਤਾਂ ਪੂਰੇ ਦਾ ਪੂਰਾ ਇਹ 30 ਸਾਲ ਦੇ ਕਾਨੂੰਨੀ ਝੁੱਠੇ ਨੇ ਉਹ ਜਿਹੜਾ ਸਰਕਾਰ ਚ ਹੀਰਾ ਫੇਰੀ ਹੋ ਰਹੀ ਆ ਉਹਨੂੰ ਰੋਕਣ ਦਾ ਤਾਂ ਕੋਈ ਤਰੀਕਾ ਦੱਸਿਆ ਨਹੀਂ ਜਾਂ ਤਾਂ ਰੋਕਣ ਦਾ ਤਰੀਕਾ ਹੁੰਦਾ ਨਾ ਸੁਨਾਹ ਕਰਦੇ ਇਹ ਹੁੰਦਾ ਹੈ ਕਿ ਬਿਨਾ ਕੋਈ ਬੇਚੈਨੀ ਪੈਦਾ ਕਰੇ ਅਸੀਂ ਪੈਸਾ ਜਿਹੜਾ ਜਾਇਆ ਜਾ ਰਿਹਾ ਉਹ ਰੋਕ ਕਿਵੇਂ ਸਕਦੇ ਆ ਤੇ ਜਿਹੜਾ ਖਰਚਾ ਫालतू ਬਿਨਾਂ ਮਤਲਬ ਦੇ ਹੋ ਰਿਹਾ ਉਹਨੂੰ ਬਚਾ ਕਿਵੇਂ ਸਕਦੇ ਆ ਜਿੱਥੋਂ ਆਮਦਨ ਨਹੀਂ ਹੋ ਰਹੀ ਉੱਥੋਂ ਆਮਦਨ ਕਰ ਕਿਵੇਂ ਸਕਦੇ ਆ ਉਹ ਤਾਂ ਦੱਸੇ ਨਹੀਂ ਕਿ ਇਹ ਤਾਂ ਰੇਤ 'ਚ 1000 ਕਰੋੜ ਹੋ ਜੂ ਕਿਵੇਂ ਹੋਊ ਇਹ ਦੱਸਿਆ ਕੋਈ ਨਹੀਂ ਕੋਈ ਕਹਿੰਦੇ 10000 ਕਰੋੜ ਹੋ ਜੂ ਕੋਈ ਕਹਿੰਦਾ 50000 ਕਰੋੜ ਹੋ ਜੂ ਹੁਣ ਹੀ ਤਾਂ ਹੈ ਨਹੀਂ ਅੱਜ ਤੱਕ ਸੋ ਇਹ ਜਿਹੜੇ ਨੇ ਇਹ ਥੁੱਕੀ ਬਲੇ ਪਕਾਉਣ ਵਾਲੀ ਗੱਲ ਹੈ ਇਹ ਕੋਈ ਸਲਾਹਕਾਰ ਦੇ ਨਾਮ ਦੇ ਉੱਤੇ ਕੋਈ ਵੱਡੀ ਤੋਪ ਨਹੀਂ ਹੈ ਜੀ ਨੇ ਇਹ ਗੱਲ ਕਰਤੀ ਹੋਵੇ ਇਹੋ ਜਿਹਾਂ ਡਾਕਟਰੀ ਬਾਬੂ ਬਹੁਤ ਰਿਆਂ ਦਿੰਦੇ ਹੁੰਦੇ ਨੇ ਉਹ ਅਮਲ ਦੇ ਵਿੱਚ ਉਹਨੀਆਂ ਨੇ ਲੱਗੂ ਹੁੰਦੀਆਂ ਜਿੱਥੋਂ-ਜਿੱਥੇ ਸਰੋਤ ਬਣ ਸਕਦੇ ਨੇ ਜਿਹੜੇ ਸਰੋਤ ਬਚਾਉਣ ਦੀ ਲੋੜ ਹੈ ਉਹਦੇ ਉੱਤੇ ਇਹ ਨਾ ਕੁਝ ਕਰਨਗੇ ਨਾ ਕੁਝ ਕਰਿਆ ਇਹ ਐਵੇਂ ਬਹਾਨਿਆਬਾਜ਼ੀ ਹੈ ਪਰ ਜਿਹੜਾ ਟੈਕਸ ਸੁਜੈਸਟ ਕਰਤਾ ਜਿਹੜਾ ਰਹੇ ਦੀ 8 ਟੈਕਸ ਜਿਹੜਾ ਜੀਐਸਟੀ ਜਿੱਥੇ-ਜਿੱਥੇ ਵੀ ਲੱਗੇਗਾ ਇਹ ਆਮ ਬੰਦਿਆਂ ਦਾ ਜਿਹੜਾ ਹੈ ਉਹ ਕਾਫੀ ਆthm ਕਰੇਗਾ ਕਿਉਂਕਿ ਆਹਤੀ ਇਹਨੇ ਕੋਈ ਜੇਬ ਚੋਂ ਨਹੀਂ ਦੇਣਾ ਜੀਐਸਟੀ ਆਪਾਂ ਸਮਝੇ ਇਨਕਮ ਟੈਕਸ ਨਹੀਂ ਹੈ ਉਹਨੇ ਉਹ ਤੋਂ ਹੀ ਲੈਣਾ ਜਿਹੜਾ ਕੰਜ਼ਿਊਮਰ ਹੈ ਜਿਹੜਾ ਖਪਤ ਕਰਾ ਉਹ ਤੋਂ ਆਣਾ ਜਾਂ ਜਿਹੜਾ ਉਹਦੇ ਕੋਲ ਵੇਚਦਾ ਸਮਾਨ ਉਹਦੇ ਕੋਲ ਆਣਾ ਸੇਸ ਕਰਕੇ ਉਹ ਵੇਚਣ ਵਾਲਾ ਕਿਸਾਨ ਹੈ ਖਰੀਦਣ ਵਾਲਾ ਵੀ ਕਿਸਾਨ ਜਾਂ ਮਜ਼ਦੂਰ ਹੈ ਟੈਕਸ ਤਾਂ ਉਹਦੇ ਕੋਲੋਂ ਸੋ ਇਹ ਆਪਾਂ ਨੂੰ ਮੁੱਢੇ ਤੌਰ ਤੇ ਉਹ ਕਹਿੰਦਾ ਜੀ ਤੁਸੀਂ ਜੇ ਕਿਸੇ ਨੂੰ ਵਦਾਇਗੀ ਕਰੀਆ ਉਹਦੇ ਤੇ ਜੀਐਸਟੀ ਸਰਵਰਤ ਨਹੀਂ ਪਈਆ ਸਰਵਰਤ ਦੀ ਆਫਸਰ ਤੇ ਜੀਐਸਟੀ ਦਿੱਤਾ ਉਹਨੇ ਜਿਹੜੇ ਸਰਵਿਸ ਦੇ ਚਾਰਜ ਲੈ ਉਹਦੇ ਨਾਲ ਜੀਐਸਟੀ ਵੀ ਲੈਨੇਗਾ ਇਹ ਤਾਂ ਤੁਸੀਂ ਹੁਣ ਹੋਟਲ ਤੇ ਰੋਟੀ ਖਾਣੇ ਉਹਦੇ 'ਚ ਵੀ ਜੀਐਸਟੀ ਲੱਗਿਆ ਹੁੰਦਾ ਉਹਦਾ ਵੀ ਤੁਸੀਂ ਦਿਨੋ ਜੇ ਅਸੀਂ ਉਹ ਕੋਲ ਹੋਟਲ ਆਸਣ ਦੇ ਰਿਹਾ ਤੇ ਉਹ ਤਾਂ ਥੋੜੇ ਪੈਸੇ ਜਿਹੜੇ ਨੇ ਉਹ ਹੋਟਲ ਆ ਤਾਂ ਇਕੱਠੇ ਕਰਕੇ ਤੇਜਦਾ ਹਾਂ ਉਹਦੇ ਚ ਇਹ ਦੋ ਨੰਬਰ ਦੇ ਕੰਮ ਹੋ ਰਹੇ ਨੇ ਵੀ ਅੱਜ ਕੱਲ ਉਹ ਇਕੱਠੇ ਕਰ ਲੈਂਦੇ ਨੇ ਮੁੜ ਕੇ ਦੋ ਨੰਬਰ ਦਾ ਇੱਕ ਬਿੱਲ ਜਿਹਾ ਬਣਾ ਕੇ ਉਹ ਪੈਸੇ ਜਮਾ ਨਹੀਂ ਕਰਾਉਂਦੇ ਇਹ ਗੱਲ ਤਾਂ ਉਹਨੇ ਕਿਤੇ ਨਹੀਂ ਕਹੀ ਵੀ ਜਿਹੜਾ ਜੀਐਸਟੀ ਦਾ ਇੱਥੇ ਰੌਲਾ ਪਿਆ ਸੀ ਦੁਦਿਆਂ ਦਾ ਕੋਈ ਵੀ ਜਿਹੜਾ ਜੀਐਸਟੀ ਜਮਾ ਨਹੀਂ ਹੋ ਰਿਹਾ ਜਾਂਚੂ ਦੋ ਨੰਬਰ ਦੇ ਬਿੱਲਾਂ 'ਚ ਕੰਮ ਹੋ ਰਿਹਾ ਉਹ ਤਾਂ ਕੋਈ ਗੱਲ ਨਹੀਂ ਕਰਦਾ ਜੀਐਸਟੀ ਹੋਰ ਲਾ ਦੋ ਸੋ ਇਹ ਜਿਹੜਾ ਮੈਨੂੰ ਲੱਗਦਾ ਨਹੀਂ ਇਹ ਕੋਈ ਸਦਾਸ ਦੂਸਰ ਕਰ ਲਿਆ ਇਹ ਹੁਣ ਜਿਹੜਾ ਬੰਦਾ ਆਇਆ ਉਹਨੂੰ ਇੰਨੇ ਤੁਸੀਂ ਉਹ ਕਰਨਾ ਹੈ ਫਿਰ ਉਹਨੂੰ ਕਹਤਾ ਵੀ ਚੱਬ ਤੋਂ ਖਾਤਾ ਨਹੀਂ ਲਾਏਗਾ ਪਰਤ ਤਾਂ ਸਾਰੇ ਲਾਏਗਾ ਹੀ ਨਾ ਨਾਲ ਉਹ ਆਪਦਾ ਬਿਜ਼ਨਸ ਕਰੇਗਾ ਉਹਨੇ ਆਪਦੇ ਬਿਜ਼ਨਸ ਦੇ ਹਿਸਾਬ ਨਾਲ ਹੀ ਗੱਲ ਦੱਸਣੀ ਆ ਨਾ ਉਹਨੇ ਥੋੜੀ ਗੱਲ ਥੋੜ ਕਰਨੀ ਆ ਸੋ ਜਿਹੜਾ ਮਾਦੀ ਸਾਹਿਬ ਕਹਿੰਦੇ ਉਹ ਠੀਕ ਕਹਿੰਦੇ ਨੇ ਇਹ ਕੇਂਦਰ ਦੇ ਕਹੇ ਤੋਂ ਜੋ ਕੁਝ ਕੇਂਦਰ ਕਰ ਰਿਹਾ ਉਹੇ ਜਿਹੀ ਕਰੀ ਜਾ ਰਹੇ ਨੇ ਇਹ ਉਹਨਾਂ ਦੀ ਹਾਂ ਚ ਹਾਂ ਮਿਲਾ ਰਹੇ ਨੇ ਇਹ ਪੰਜਾਬ ਦੇ ਹੱਕਾਂ ਦੀ ਜਾਂ ਪੰਜਾਬੀਅਤ ਦੀ ਜਾਂ ਪੰਜਾਬ ਦੇ ਹੱਕ ਚ ਚੱਲੀ ਦੀ ਕੋਈ ਬਹੁਤੀ ਗੱਲ ਨਹੀਂ ਕਰਦੇ ਹਾਂ ਇਹ ਜ਼ਰੂਰ ਹੈ ਮਾੜੀ ਮੋਟੀ ਬੇਨਤੀ ਇਹਨਾਂ ਨੂੰ ਕਰ ਸਕਦੇ ਨੇ ਬੇਨਤੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਪਰ ਅੱਜ ਜੇ ਹੋ ਜਾਏ ਇਹਨਾਂ ਦਾ ਮਤੀਰਾ ਰਿਹਾ ਪੰਜਾਬ ਦੇ ਬਾਰੇ ਕਿ ਵੀ ਕਿਸਾਨਾਂ ਨੂੰ ਕਿਸਾਨ ਪਰਚੋ ਨਹੀਂ ਜਿਵੇਂ ਤੁਸੀਂ ਸੱਣਿਕਮ ਦਿੱਤਾ ਉਹ ਮੈਨੂੰ ਲੱਗਦਾ ਵੀ ਬਹੁਤ ਹੀ ਮੰਦ ਭੱਗ ਹੈ ਇਹੋ ਜੀਆਂ ਗੱਲਾਂ ਇਹ ਕਢਿਖੇ ਚ ਹੈ ਪਰ ਖੱਟੜ ਨੇ ਮਤੀਰਾ ਕਰਿਆ ਧੀ ਹਰੇ ਅਮਰੀਕਾ ਸੰਨਾਂ ਨਾਲ ਫੱਟਣ ਨੂੰ ਮੂੰਹ ਦਿਖਾਣੀ ਪਈ ਸੀ ਆਖਰਕਾਰ ਖੱਟੜ ਨੂੰ ਦੀ ਪਾਰਟੀ ਨੇ ਸੀਐਮ ਬਣ ਤੋਂ ਲਾਤ ਪੀਸੀ ਸੀ ਇਸੇ ਤਰਨ ਦੇ ਦੌਰਾਨ ਖੱਟੜ ਨੇ ਕਰਿਆ ਸੀ ਕਿਸਾਨਾਂ ਨਾਲ ਬਾਰ-ਬਾਰ ਜੇ ਪ੍ਰਗਟਾਣ ਕਰੇਗਾ ਇਹਦੀ ਪਾਰਟੀ ਦਾ ਲਾਹੇ ਨਾਲ ਹੈ ਇਹਨੂੰ ਰੋਕਣੀ ਲਾਹੇ ਦੇਣਾ ਜੋ ਜੇ ਹਾਲ ਕਰ ਰਿਹਾ ਹੈ ਵੀ ਤੁਸੀਂ ਹਰੇਕ ਜਗ੍ਹਾ ਤੇ ਬੈਰੀਕੇਡ ਲਾ ਦਿਓ ਕੁੱਟਨੇ ਸ਼ੁਰੂ ਕਰ ਦਿਓ ਕੁਝ ਕਰ ਦਿਓ ਇਦਾਂ ਨਹੀਂ ਚੱਲਦਾ ਹੁੰਦਾ ਸਮਾਜ ਸਮਾਜ ਚੱਲਦਾ ਹੁੰਦਾ ਸਿੰਮ ਕੀ ਨਾਲ ਜੀ ਦੱਸ ਇਹਦੇ ਇਹਦੇ ਵਿਚਾਰੇ ਮੁੱਖ ਮੰਤਰੀ ਸਾਹਿਬ ਦਿੱਲੀ ਦੌਰੇ ਦੇ ਉੱਤੇ ਨੇ ਉੱਥੇ ਉਹ ਜਿਹੜੇ ਫਿਨਲੈਂਡ ਭੇਜੇ ਗਏ ਨੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਪਹਿਲੇ ਸਿੰਗਾਪੁਰ ਮਲੇਸ਼ੀਆ ਭੇਜੇ ਸੀ ਉਹ ਪਿੰਨਾਂ ਨੂੰ ਭੇਜ ਦਿੱਤੇ ਨਾਲੇ ਤੇ ਇਹਨਾਂ ਦਾ ਕੇਜਰੀਵਾਲ ਸਾਹਿਬ ਜਾਂ ਇਹਨਾਂ ਦੇ ਵਿਚਾਰੇ ਤੁਰੇ ਤਲਖੀਆਂ ਚੱਲਦੇ ਚਲੋ ਠੰਡੀਆਂ ਪੈ ਗਈਆਂ ਨੇ ਹੁਣ ਜਦੋਂ ਦਾ ਇਹਨਾਂ ਦਾ ਜਨਮ ਦਿਨ ਮਨਾਇਆ ਮੂਹ ਮਿੱਠਾ ਕੀਤਾ ਪਰ ਜਦੋਂ ਇਹ ਗੱਲਾਂ ਆਉਂਦੀਆਂ ਕਿ ਉਹਦੀ ਗਰਾਊਂਡ ਰਿਐਲਿਟੀ ਦਿਖਾਈ ਜਾਏਗੀ ਸਕੂਲਾਂ ਦੇ ਵਿੱਚ ਕਾਰਗੁਜ਼ਾਰੀ ਜਾਂ ਜਿਵੇਂ ਮਾਨੀਤ ਸਾਹਿਬ ਉਹ ਨਹੀਂ ਕਹਿੰਦੇ ਕਿ ਨਵੀਂ ਸਿੱਖਿਆ ਨੀਤੀ ਨੂੰ ਪੰਜਾਬ ਦੇ ਵਿੱਚ ਐਕਸਪੈਰੀਮੈਂਟ ਕਰਨਾ ਜਾਂ ਉੱਥੇ ਲਾਗੂ ਕਰਨਾ ਉਸ ਢੰਗ ਦੇ ਨਾਲ ਉਹ ਵੀ ਤਾਂ ਸਵਾਲ ਚੁੱਕਦਾ ਨਾ ਕਿ ਤੁਸੀਂ ਕੇਂਦਰ ਦੇ ਪੱਖ ਵਿੱਚ ਕਿਵੇਂ ਜਿਵੇਂ GST ਹੈ ਇਹ ਵੀ ਤਾਂ ਕਿਨਰੀ ਪੂਲ ਦੇ ਵਿੱਚ ਉਧਰ ਹੀ ਜਾਣਾ ਪੈਸਾ ਉਹਨਾਂ ਦੇ ਕੋਲ ਹੀ ਜਾਣਾ ਫਿਰ ਮੁੜ ਕੇ ਉਹਨਾਂ ਦੇ ਹਾਰੇ ਕੱਢ-ਕੁੱਢ ਕੇ ਲੈ ਕੇ ਆਉਂਦੇ ਨੇ ਉਹਨੂੰ ਲੈ ਕੇ ਵੀ ਜਿਵੇਂ ਮਨਪ੍ਰੀਤ ਸਿੰਘ ਬਾਦਲ ਉਹਨੂੰ ਦਮਗੇ ਜੇ ਮਾਰਦੇ ਸੀ ਹੁਣ ਤਾਂ ਸਵਾਲ ਹੀ ਬੜੇ ਔਖੇ ਹੋ ਗਏ ਕਿ ਪੰਜਾਬ ਦਾ ਪੈਸਾ ਪੰਜਾਬ ਤੋਂ ਲੈ ਜਾਂਦਾ ਕੇਂਦਰ ਮੁੜ ਕੇ ਫਿਰ ਉਸ ਢੰਗ ਦੇ ਨਾਲ ਵਾਪਸ ਨਹੀਂ ਕਰਦਾ ਇਹੀ ਗੱਲ ਸਿੱਖਿਆ ਨੀਤੀ ਵਾਲੇ ਮਾਮਲੇ ਦੇ ਵਿੱਚ ਹੈ ਕਿ ਕੀ ਕਦੇ ਸਪਸ਼ਟ ਤੌਰ ਦੇ ਉੱਤੇ ਸਾਹਮਣੇ ਆਏਗਾ ਕਿ ਕਿੰਨਾ ਕੁ ਜ਼ਮੀਨੀ ਪੱਧਰ ਤੇ ਇਹ ਮਸਲੇ ਲਾਗੂ ਹੋ ਰਹੇ ਨੇ ਇਹ ਨਾ ਪਰੰਤੋ ਮੈਂ ਜੀਐਸਟੀ ਦੀ ਜਿਹੜੀ ਤੁਸੀਂ ਗੱਲ ਕਰੀ ਹੈ ਉਹ ਮੈਂ ਕਿਤੇ ਕਿਹਾ ਨਹੀਂ ਸੀ ਜੀਐਸਟੀ ਦਾ ਇਹੀ ਨਹੀਂ ਕਿ ਕੱਲਾ ਪੰਜਾਬ ਨੇ ਲੈਣਾ ਹੈ ਜੀਐਸਟੀ ਮਤਲਬ ਪੰਜਾਬ ਦਾ ਪੈਸਾ ਕੇਂਦਰ ਕੋਲ ਜਾਂਦਾ ਜੇ ਇਸ ਦਾ ਕੇਂਦਰ ਦਾ ਹੈ ਜੇ 20 ਰੁਪਏ ਲੱਗਦੇ ਨੇ ਤਕਰੀਬਨ 10 ਰੁਪਏ ਕੇਂਦਰ ਚ ਜਾਣੇ ਨੇ ਕਾਦਰਪੈ ਸਾਡੇ ਕੇਂਦਰ ਇਕੱਠੇ ਕਰਕੇ ਦਿੰਦਾ ਹੈ ਪੈਸਾ ਇਕੱਠਾ ਕੇਂਦਰ ਕੋਲ ਜਮਾ ਹੁੰਦਾ ਹੈ ਸੋ ਜਿਹੜੇ 20 ਰੁਪਏ ਨੇ ਇਹਦਾ ਮਤਲਬ ਜਿੰਨਾ GST ਪੰਜਾਬ ਚ ਲੱਗ ਜਾਣਾ ਹੈ 8 ਰੁਪਏ ਤੜਗੇ ਉਹ ਲੋਕਾਂ ਤੇ ਲੱਗਣਾ ਹੈ ਉਹਦੇ ਵਿੱਚੋਂ ਆਦਾ ਪੈਸਾ ਤਾਂ ਕੇਂਦਰ ਲੈ ਜਾਊਗਾ ਕੋਈ ਇਹ ਟੈਕਸ ਕੇਂਦਰ ਦੇ ਵਾਸਤੇ ਲਾਇਆ ਗਿਆ ਹੈ ਇੱਥੇ ਪੰਜਾਬ ਦੀ ਅੰਦਰ ਕਦੇ ਉਤਤ ਨਹੀਂ ਆਉਣਾ ਪੰਜਾਬ ਕੋਲ ਤਾਂ ਇੱਥੇ ਇਹ ਵੀ ਸਮਝਣ ਦੀ ਲੋੜ ਹੈ ਇਦਾਂ ਹੀ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਇਹ ਨਵੀਂ ਸਿੱਖਿਆ ਨੀਤੀ ਦੀ ਗੱਲ ਕਰਦੇ ਹੋ ਸਿੱਖਿਆ ਨੀਤੀ ਲਾਗੂ ਕਰਨ ਦੀ ਗੱਲ ਕਰਦੇ ਹੋ ਉਹ ਤਾਂ ਸ਼ਰਿਆਮ ਹੀ ਕਰ ਰਹੇ ਨੇ ਉਹ ਤਾਂ ਜੀ ਜੇ ਮੈਂ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਿੰਗਾਪੁਰ ਚ ਗਏ ਜੀ ਉੱਥੇ ਗਏ ਮੈਂ ਇੱਕ ਛੋਟੀ ਜੀ ਉਦਾਹਰਨ ਦਿੰਨਾ ਇਸ ਦੀ ਇਹ ਬਗਾਨੇ ਉਸ ਦੇ ਕਹੇ ਤੋਂ ਨਾ ਬਗਾਨੇ ਬੋਰਡ ਦੀ ਛਾਂ ਦੇ ਵਿੱਚ ਬੈਠੇ ਨੇ ਇਹ ਬਹਾਨੇ ਲਾਉਂਦੇ ਨੇ ਜਿਹੜੀ ਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਬਣੀ ਸੀ ਇਹਨੇ ਪੰਜਾਬ ਦਿਆਂ ਸੇ ਸਵਾਦਾ ਪੱਠਾ ਵਟਾਤਾ ਉਹ ਜਿਹੜੀ ਇੰਜੀਨੀਅਰਿੰਗ ਉਹ ਬਣਾਈ ਉਹ ਕਠੀ ਕਠੀ ਆ ਜਿਹੜੇ ਹਸਪਤਾਲ ਜੇ ਬਣਾਈ ਜਾਂਦੇ ਨੇ ਆ ਪਟਿਆਲੇ ਥੋੜੇ ਹੈਗਾ ਹਸਪਤਾਲ ਇੱਕ ਪਾਸੇ ਕੇਂਦਰ ਦੀ ਇੱਕ ਸਰਕਾਰੀ ਏਜੰਸੀ ਆ ਜਿਹੜੀ ਹਸਪਤਾਲ ਹੀ ਬਣਾਉਂਦੀ ਆ ਉਹ ਬਣਿਆ ਹੋਇਆ ਸੁਪਰ ਸਪੈਸ਼ਲਿਟੀ ਬਲਾਕ ਜਦ ਤੁਸੀਂ ਹਸਤਰਾ ਦਾ ਗੇਟ ਵੱਡਦੇ ਹੋ ਤੇ ਸੱਜੇ ਪਾਸੇ ਨੂੰ ਜਾ ਕੇ ਵੱਡੀ ਬਿਲਡਿੰਗ ਬਣੀ ਹੋਈ ਐ ਸਾਈਕਲ ਸਟੈਂਡ ਦੇ ਨਾਲ ਹੀ ਉਹ ਵੱਡੀ ਬਿਲਡਿੰਗ ਆ ਉਹ ਦੇਖ ਲਓ ਉਦੋਂ ਅੱਗੇ ਜੇ ਅੱਗੇ ਜਾਨੇ ਜਿੱਥੇ ਪਹਿਲਾਂ ਕਹਿੰਦੇ ਵੀ ਗਾਇਨੀ ਬਾੜ ਹੁੰਦਾ ਪੁਰਾਣਾ ਤੇ ਉਦੋਂ ਅੱਗੇ ਜਾ ਕੇ ਬਿਲਡਿੰਗ ਇੱਕ ਬਣੀ ਐ ਉਹ ਜਾ ਕੇ ਦੇਖ ਲਓ ਉਹ ਸਵਾ ਵਰਗੀ ਐ ਉਹ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਬਣਾਈ ਐ ਇਦਾਂ ਹੀ ਜਿਹੜਾ ਇਹ ਕਹੀ ਜਾਂਦੇ ਸਿੰਗਾਪੁਰ ਫਲਾਣੇ ਉੱਥੇ ਭੇਜਾਂਗੇ ਉੱਥੇ ਤੇ ਇਹ ਸਾਰਾ ਕੁਝ ਹੈ ਜਿਹੜਾ ਪੰਜਾਬ ਦੇ ਸਿੱਖਿਆ ਟੰਕੇ ਨੂੰ ਖਲਾਫ ਕਰਨ ਦੇ ਉੱਤੇ ਹੈ ਔਰ ਉਹਦੇ ਵਿੱਚ ਕੀ ਕਰਿਆ ਸੀ ਹੈਂਸੇ ਚੋਂ ਕਾਰਪੋਰੇਸ਼ਨ ਨੇ ਵੀ ਆਪਦਾ ਵਰਚਸ ਬਣਾਉਣ ਵਾਸਤੇ ਇਹ ਸ਼ੁਰੂ ਕਰਤਾ ਵੀ ਅਸੀਂ ਡਾਕਟਰਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਜੀ ਅਸੀਂ ਫਾਰਮਸ ਦੇ ਫਰਾਣਾ ਨੂੰ ਦੇ ਰਹਾਂ ਉਹਦੇ ਚੰਗਾ ਰੋਟੀ ਰੱਟੀ ਪਾਣੀ ਦੇ ਦਿੰਦੇ ਸੀ ਚਲ ਕਰਾਏ ਦੇ ਪੈਸੇ ਵੀ ਦੇ ਦਿੰਦੇ ਸੀ ਤੇ ਚਾਰ ਪੈਸੇ ਉਹ ਵੀ ਦੇ ਦਿੰਦੇ ਸੀ ਆਨਰੇਡੀਅਮ ਟਾਈਪ ਵੀ ਚਲ ਉਹਨਾਂ ਦਾ ਹਲਵਾ ਮੰਡਾ ਜਾਂ ਚੱਲਣ ਲੱਗਾ ਉਹਨਾਂ ਨੇ ਸੋਚਿਆ ਕਿ ਹਾਈ ਬਹੁਤ ਵਧੀਆ ਇੱਕ ਵਾਰੀ ਮੇਰੇ ਕੋਲ ਆਏ ਮੇਰੇ ਦਫ਼ ਕਹਿੰਦੇ ਜੀ ਐਨਸਸਮ ਕਾਰਪੋਰੇਸ਼ਨੇ ਬੜੀ ਵਧੀਆ ਟ੍ਰੇਨਿੰਗ ਕਰਈ ਹੈ ਤੋਸੀਹ ਕਰਾ ਦਿਓ ਮੈਂ ਜਿਹੜੀ ਪਹਿਲਾਂ ਕਰੀ ਹੋਈ ਉਹ ਤਾਂ ਸਾਂਭ ਲਓ ਤੇ ਨਹੀਂ ਨਹੀਂ ਉਹ ਟ੍ਰੇਨਿੰਗ ਬਹੁਤ ਵਧੀਆ ਹੈ ਤੇ ਮੈਂ ਕਿਹਾ ਉਹਨਾਂ ਕੋਲ ਤਾਂ ਪੈਸੇ ਵਾਧੂ ਆਏ ਹੋਏ ਨਹੀਂ ਉਹਨਾਂ ਨੇ ਉਹ ਪੈਸੇ ਖਾਣੇ ਨੇ ਕੁਝ ਤੁਹਾਨੂੰ ਖਲਾਤੇ ਨਾਲ ਇਹ ਜਿਹੜਾ ਕੰਮ ਹੈ ਨਾ ਵੀ ਸਿੰਗਾਪੁਰ ਭੇਜੋ ਸਿੰਗਾਪੁਰ ਵਾਲੇ ਤੁਹਾਨੂੰ ਦੱਸਣਗੇ ਕਿ ਕਿੰਨੇ ਪੜਾਇਆ ਜਾਂਦਾ ਇੱਥੇ ਨਹੀਂ ਕੋਈ ਚੱਤ ਗਣੋ ਤੇ ਤਾਂ ਜਾਂਦੇ ਸੀ ਸਿੰਗਾਪੁਰ ਜਾਂਦੇ ਨੇ ਸਾਡੇ ਟੀਚਰ ਤਾਂ ਕਦੇ ਉਹ ਆਪਣੇ ਸੰਗਰੂਰ ਤੋਂ ਬਾਹਰ ਨਹੀਂ ਗਏ ਸੀ ਜਿਹੜੇ ਪਿੰਡ ਜਾ ਕੇ ਸਾਡੇ ਪੜ੍ਹਾਉਂਦੇ ਸੀ ਜਾਂ ਥੋੜਾ ਕੰਨਾ ਗਏ ਹੋਣਗੇ ਉਹ ਤੋਂ ਬਹੁਤ ਵਧੀਆ ਪੜ੍ਹਾਉਂਦੇ ਸੀ ਅੱਜ ਦੇ ਤਾਂ ਦਿੱਲੀ ਦੱਖਣ ਕੋ ਮੈਂ ਆਉਂਦੇ ਨੇ ਤੇ ਪੜ੍ਹਾਈ ਤਾਂ ਫੇਰ ਨਹੀਂ ਕਰਾ ਰਹੇ ਪੜ੍ਹਾਈ ਸਿੰਗਾਪੁਰ ਜਾਣ ਨਾਲ ਨਹੀਂ ਹੋਣੀ ਪੜ੍ਹਾਈ ਕੋਲੰਬੋ ਜਾਣ ਨਾਲ ਨਹੀਂ ਹੋਣੀ ਪੜ੍ਹਾਈ ਅਮਰੀਕਾ ਤੇ ਗੇੜਾ ਨਾਲ ਨਹੀਂ ਹੋਣੀ ਪੜ੍ਹਾਈ ਹੋਣੀ ਆ ਰੱਬ ਦੇ ਨਾਮ ਪੜ੍ਹਾਈ ਹੋਣੀ ਆ ਟੈਕਨੀਕ ਨਾਲ ਉਹਦੇ ਨੂੰ ਤਾਂ ਆਪ ਨੂੰ ਨਹੀਂ ਪੜਨਾ ਆਉਂਦਾ ਆਪਾਂ ਆਜੀ ਫੇਰ ਵੈਸੋ ਹੋ ਰਹੀ ਸੀ ਕਿਤੇ ਦੇਖਿਆ ਹੁਣ ਤਾਂ ਦਿੱਕਤੀ ਸਬੂਤ ਹੈਗੇ ਨੇ ਸ੍ਰਿਧ ਕਰਕੇ ਵਿਖਿਆ ਇਹਨਾਂ ਨੂੰ ਇਹ ਕੋਈ ਸਿੱਖਿਆ ਸਿੱਖਿਆ ਦਾ ਸੁਧਾਰ ਨਹੀਂ ਕਰ ਰਹੇ ਇਹ ਨਾ ਸਿੱਖਿਆ ਦੇ ਇਹਨਾਂ ਤੋਂ ਸੁਧਾਰ ਹੋਣਾ ਇਹ ਪੈਸਾ ਵੇਸਟ ਕਰ ਰਹੇ ਨੇ ਜਿਹੜਾ ਸਾਡਾ ਢਾਂਚਾ ਚੱਲ ਰਿਹਾ ਉਹਨੂੰ ਵੀ ਤੋੜ ਰਹੇ ਨੇ ਇਹਨਾਂ ਨੂੰ ਕਿਉਂਕਿ ਪਤਾ ਹੀ ਨਹੀਂ ਵੀ ਸਿੱਖਿਆ 'ਚ ਸਮੱਸਿਆ ਕਿੱਥੇ ਹੈ ਜਦ ਤੁਹਾਨੂੰ ਸਮੱਸਿਆ ਤਾਂ ਪਤਾ ਨਹੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੈਦ ਬੁਲਾਇਆ ਵੈਦ ਗਈ ਪਕੜ ਟੰਡੂਰ ਦੇ ਬਾਹ ਹੈ ਓੜਾ ਵੈਦ ਨ ਜਾਣੀ ਕਲਖ ਕਵੀ ਜੀ ਦਾ ਉਹ ਬਣਾਇਆ ਤਾਂ ਇਸ ਵਾਸਤੇ ਵੀ ਭਾਈ ਤੂੰ ਸਾਡਾ ਇਲਾਜ ਕਰ ਤੇ ਉਹਨੂੰ ਇਹ ਪਤਾ ਹੀ ਨਹੀਂ ਵੀ ਇਹ ਮਾਨਸਿਕ ਪੀੜਾ ਹੈ ਇਹ ਸਰੀਰਕ ਪੀੜਾ ਹੀ ਨਹੀਂ ਉਹ ਨਵਜ ਦੇਖ ਕੇ ਦਵਾਈ ਦੇਣ ਨੂੰ ਤਿਆਰ ਹੈ ਉਹਨੂੰ ਪਤਾ ਹੀ ਨਹੀਂ ਵੀ ਇਹ ਤਾਂ ਭਾਈ ਇਹਦੀ ਤਾਂ ਇਹ ਪੀੜਾ ਹੀ ਨਹੀਂ ਹੈ ਸੋ ਜਿਹੜੀ ਸਾਡੀ ਸਿੱਖਿਆ ਦੇ ਵਿੱਚ ਸਮੱਸਿਆ ਹੈ ਉਹ ਤਾਂ ਕੋਈ ਹੋਰ ਹੈ ਉਹ ਟ੍ਰੇਨਿੰਗ ਦੀ ਘਾਟ ਥੋੜਾ ਹੈ ਉਹ ਤਾਂ ਨੀਤੀ ਦੀ ਘਾਟ ਹੈ ਨੀਤੀ ਦੀ ਘਾਟ ਹੈ ਉੱਤੇ ਡਿਸਪੀਸਪਲਨ ਨਹੀਂ ਹੈ ਨਾ ਟੀਚਰਾਂ ਦੀ ਸਾਡੇ ਕੋਲ ਕੋਈ ਘਾਟ ਹੈ ਟੀਚਰ ਸਾਡੇ ਕੋਲ ਦੁੱਗਣੇ ਨਹੀਂ ਜਿੰਨੇ ਚਾਹੀਦੇ ਨੇ ਉਦੋਂ ਦੁੱਗਣੇ ਟੀਚਰ ਨੇ ਨਾ ਤਨਖਾਹ ਹੀ ਘਾਟ ਹੈ ਡੇਢ ਗੁਣਾ ਤਨਖਾਹ ਦੇ ਰਹੇ ਹਾਂ ਬਾਕੀ ਮੁਲਕ ਨਾਲੋਂ ਬਿਲਡਿੰਗਾਂ ਦੀ ਕੋਈ ਘਾਟ ਨਹੀਂ ਬਹੁਤ ਘੱਟ ਸਕੂਲ ਨੇ ਜਿੰਨਾਂ ਕੋਈ ਬਿਲਡਿੰਗਾਂ ਨਹੀਂ ਹੈਗੀਆਂ ਬਾਕੀਆਂ ਕੋਲ ਹੈਗੀਆਂ ਨੇ ਆ ਮੈਂ ਕਿੰਨੀ ਕਸਵੀਆਂ ਚ ਜਾਣਾ ਕਿ ਉੱਥੇ ਚੰਗੇ ਵਧੀਆ ਸਕੂਲ ਬਣੇ ਹੋਏ ਨੇ ਅਸੀਂ ਤਾਂ ਕਦੇ ਉਹ ਜਿਹੋ ਉਹਨੇ ਸੋਹਣੇ ਸਕੂਲ ਦੇਖੇ ਨਹੀਂ ਸੀਗੇ ਹਾਈ ਸਕੂਲ ਵੀ ਸਾਡੇ ਇਹਦੇ ਨਹੀਂ ਹੁੰਦੇ ਸੀ ਸੋ ਇਹ ਸਾਡੇ ਕੋਲ ਐ ਨਹੀਂ ਆ ਕਿ ਕਿਸੇ ਚੀਜ਼ ਦੀ ਘਾਟ ਹੈ ਸਾਡੇ ਕੋਲ ਘਾਟ ਹੈ ਨੀਤੀ ਦੀ ਪੜਾਉਂਦੀ ਪੜਾਈ ਤਾਂ ਹੋ ਨਹੀਂ ਰਹੀ ਉਹ ਪੜਾਈ ਕਿਵੇਂ ਹੋਵੇ ਉਹਦੇ 'ਚ ਸੋਚਦਿਆਂ ਵੀ ਟ੍ਰੇਨਿੰਗ ਨਹੀਂ ਹੈ ਤਾਂ ਨਹੀਂ ਹੋ ਰਹੀ ਪੜਾਈ ਇਹ ਇਹਨੇ ਆਪੀ ਸਾਵਾਂ ਵਾਲਿਆ ਉਹ ਮੈਂ ਛੋਟੀ ਜੀ ਗੱਲ ਦੱਸ ਦਿੰਦਾ ਐ ਇਹ ਕਹਿੰਦਾ ਸੀ ਸਿੰਗਾਪੁਰ ਤੋਂ ਟ੍ਰੇਨਿੰਗ ਦਵਾ ਰਹੇ ਹਾਂ ਇੱਕ ਵਾਰੀ ਇੱਕ ਕਿਸੇ ਜਿਵੇਂ ਡੀਸੀ ਦੇ ਆਬਜੈਕਟ ਮੈਂ ਦੇਖਣ ਗਿਆ ਉਹਨਾਂ ਨੇ ਕਿਹਾ ਸੀ ਸਾਨੂੰ ਹੋਰ ਪੈਸੇ ਦਿਓ ਸਰਕਾਰ ਦੇ ਮਤਲਬ ਆ ਕਰ ਸੀ ਜਦ ਮੈਂ ਦੇਖਿਆ ਕਹਿੰਦਾ ਜੀ ਅਸੀਂ ਟ੍ਰੇਨਿੰਗ ਦੇਣੀ ਹੈ ਜਿਵੇਂ ਇਹ ਟ੍ਰੇਨਿੰਗ ਦਵਾ ਰਹੇ ਨੇ ਮੈਂ ਕਿਹਾ ਪਹਿਲਾਂ ਟ੍ਰੇਨਿੰਗ ਨਹੀਂ ਕਰੀ ਕਹਿੰਦੇ ਕਰੀ ਸੀ ਮੈਂ ਫਿਰ ਉਹਦੇ ਚ ਕੀ ਨੁਕਸ ਸੀ ਕਹਿੰਦਾ ਜੀ ਉਹ ਠੀਕ ਨਹੀਂ ਹੋਈ ਮੈਂ ਹੁਣ ਠੀਕ ਕੀ ਕਰੋਗੇ ਬੰਦੇ ਬਦਲੋਗੇ ਇਹ ਟ੍ਰੇਨਿੰਗ ਦੇ ਨਾਲੇ ਬਦਲੋਗੇ ਇਹ ਟ੍ਰੇਨਿੰਗ ਦਾ ਕੋਈ ਸਮੱਗਰੀ ਬਦਲੋਗੇ ਟ੍ਰੇਨਿੰਗ ਦਾ ਸਮਾਂ ਬਦਲੋ ਪੁੱਛਤਾ ਕਰੋਗੇ ਉਹਨੂੰ ਕੁਝ ਨਹੀਂ ਪਤਾ ਸੀ ਜਦੋਂ ਦੋ ਤਿੰਨ ਗੱਲਾਂ ਉਹਦੀਆਂ ਮੈਂ ਪੁੱਛੀਆਂ ਮੈਂ ਕਿਹਾ ਬਿਲਕੁਲ ਪੰਜ ਲੱਖ ਰੁਪਈਆ ਹੈਗਾ ਉਹ ਪਹਿਲਾਂ ਜਿੱਥੇ ਖਰਚਣਾ ਚਾਹੇ ਖਰਚ ਲੈ ਇਹਨੂੰ ਬਾਅਦ ਤਿੰਨ ਮਹੀਨੇ ਬਾਅਦ ਦੁਬਾਰਾ ਦੇਖਾਂਗੇ ਫਿਰ ਸੋਚਾਂਗੇ ਵੀ ਇਹਨੂੰ ਪੈਸੇ ਦੇਣੇ ਵੀ ਨੇ ਕਿ ਨਹੀਂ ਭਾਈ ਜਿਹੜਾ ਥੋੜੇ ਕੋ ਮਾ ਮਾ ਹੈਗਾ ਉਹਨੂੰ ਜ਼ਬਰਦਸਤ ਲੋ ਜਿਹੜੇ ਇੰਨੇ ਟੀਚਰ ਨੇ ਇੰਨਾ ਸਭ ਕੁਝ ਐਡੀ ਐਡੀਆ ਸੰਸਥਾਵਾਂ ਨੇ ਟ੍ਰੇਨਿੰਗ ਆਲੀ ਉਹਨਾਂ ਰਹੀ ਕਰ ਲੋ ਟ੍ਰੇਨਿੰਗ ਜਿਹ ਉਈ ਸਿੰਗਾਪੁਰ ਭੇਜੋ ਸਿੰਗਾਪੁਰ ਭੇਜਣਾ ਜਾ ਕਿਤੇ ਵੀ ਭੇਜਣਾ ਇਹ ਸਿਰਫ ਸੈਰ ਕਰਾਉਣਾ ਆ ਅੱਜ ਜਿਹੜੇ ਸਮਾਨ ਖਰੀਦਣ ਜਾਂਦੇ ਨੇ ਜਿਹੜੇ ਕਹਿੰਦੇ ਅਸੀਂ ਪੋਲੂਸ਼ਨ ਨੂੰ ਰੋਕਣ ਵਾਸਤੇ ਜਾ ਰਹੇ ਹਾਂ ਅਸੀਂ ਪੁੱਛ ਕੇ ਦੇਖ ਕੇ ਆਉਣਾ ਇਹ ਹੁਣ ਇਹ ਦੌਰੇ ਇਸ ਵਾਸਤੇ ਨਹੀਂ ਤੇ ਸਿੱਖਣ ਵਾਸਤੇ ਜਾਂਦੇ ਨੇ ਇਹ ਜਾਂਦਨ ਸੇ ਸੈਰ ਕਰ ਸਰਕਾਰੀ ਖਰਚੇ ਤੇ ਜਦ ਸਰਕਾਰੀ ਖਰਚੇ ਤੇ ਸੈਰ ਕਰਨ ਦੀ ਆਦਤ ਬਣਾ ਦੋਗੇ ਤੁਸੀਂ ਫੇਰ ਠੀਕ ਹੈ ਫੇਰ ਤਾਂ ਹੀ ਹੁੰਦਾ ਤੇ ਇਹ ਗੱਲ ਇੱਕ ਸਮੱਸਿਆ ਸਾਹਮਣੂ ਸਮਝ ਲੈਣ ਕਿ ਆਈ ਗੀਆ ਵੀ ਜਦ ਤੁਸੀਂ ਕਿਸੇ ਉਦੇਸ਼ ਵਾਸਤੇ ਜਨ ਹੋ ਹੋਰ ਹੈ ਇਹ ਨਵੀਂ ਸਿੱਖਿਆ ਨੀਤੀ ਨੂੰ ਭਗਵੰਤ ਮਾਨ ਸਿੰਘ ਤੋਂ ਜੋਰ-ਸ਼ੋਰ ਨਾਲ ਲਾਗੂ ਕਰੇ ਪਰ ਇਹ ਕਰੇਗਾ ਕਿਉਂਕਿ ਇਹ ਤਾਂ ਭਾਜਪਾ ਦੇ ਨਾਲ ਨੇ ਸਰੋ ਜੋ ਭਾਜਪਾ ਚਾਹੁੰਦੀ ਆ ਉਹੀ ਕੁਛੇ ਭਾਜਪਾ ਚਾਹੁੰਦੇ ਆ ਆਪ ਤੇ ਖਤਮ ਹੋਰ ਕੁਝ ਤਾਂ ਸੈਲੋ ਚ ਜਾਣੀ ਆ ਨਾ ਕੰਤਤਸੀ ਦੀ ਉਹਨਾਂ ਸਾਲੋ ਚ ਜਾਣਾ ਆਪ ਤੇ ਖਤਮ ਕਰੰਦਾ ਤਰੀਕੇ ਦੇ ਆਪ ਤੇ ਤਦੇ ਬੋਲੀ ਪਾਉਂ ਆ ਜਿਹੜੀ ਇਹਨਾਂ ਦੀ ਉਹ ਕਮੇਟੀ ਆ ਉਹਨੇ ਵੀ ਕਹਿੰਦੇ ਇਹ ਆ ਵੀ ਆਪ ਤੇ ਖਤਮ ਕਰ ਕੋ ਆਹੀ ਆਤੀ ਇਹਨਾਂ ਨੇ ਆਪੇ ਖਤਮ ਕਰਕੇ ਦੇਖੇ ਨੇ ਇਹਨਾਂ ਨੇ ਸਹਿਕਾਰੀ ਦੁਕਾਨਾਂ ਖੋਲ੍ਹੀਆਂ ਸੀ ਆਰਥ ਦੀਆਂ ਉਹ ਚੰਗੀਆਂ ਨਹੀਂ ਇਹਨਾਂ ਤੋਂ ਉਹ ਤਾਂ ਖਰਚੀਂ ਨੇ ਪੈ ਜਾਂਦੇ ਨੇ ਆਰਥ ਇਹ ਤਾਂ ਹਰੇਕ ਗੱਲ ਨੂੰ ਸਾੰਦ ਹੈ ਸੋਇਦ ਕਰਕੇ ਇੰਨੀ ਗੱਲ ਨਹੀਂ ਹੈ ਆਰਥ ਦਾ ਜਿਹੜਾ ਆਰਥ ਇਹਨੂੰ ਰੋਕਣ ਦਾ ਤਰੀਕਾ ਹੈ ਉਹ ਇਹਨਾਂ ਨੇ ਉਹਦਾ ਵਕਾਲਤ ਤਾਂ ਬੰਦੇ ਹੀ ਨਹੀਂ ਝੂਝ ਕੇ ਕਹਿੰਦੇ ਅਸੀਂ ਆਰਥ ਖਤਮ ਕਰ ਦਿੰਦੇ ਹਾਂ ਮੰਨ ਲਿਆ ਉਹਨਾਂ ਨੇ ਵੀ ਕਿਤੇ ਤਾਂ ਜੌਬ ਕਰਨਾ ਫਿਰ ਉਹ ਕੋਈ ਕੰਮ ਦੇਣਾ ਪੂ ਉਹਨਾਂ ਨੂੰ ਤਾਂ ਸੈਲਫ ਐਮਪਲਾਈਡ ਨੇ ਨਾ ਇਹ ਬੀੜ ਕੋ ਅੱਗਾ ਦੌੜ ਪਿੱਛਾ ਚੌੜਾ ਲਈ ਸਿਕੰਦਰ ਗੱਦ ਕਰਦੇ ਨੇ ਤਾਂ ਅਸੀਂ ਵੀ ਪਤਾ ਵੀ ਅੰਪਲੋਇਮੈਂਟ ਇਹ ਮੌਕੇ ਸਿਰਜਨੇ ਕਿਵੇਂ ਨੇ ਇਹ ਤਾਂ ਜਿਹੜੇ ਮੌਕੇ ਹੈਗੇ ਨੇ ਉਹਨੂੰ ਖਤਮ ਕਰੀ ਜਾ ਰਹੇ ਨੇ ਜਿਹੜੇ ਏਡੇ ਏਡੇ ਕੋਰੀਡੋਰ ਬਣਾ ਰਹੇ ਨੇ ਉਹ ਲੋਕਾਂ ਦੇ ਮੌਕੇ ਖਤਮ ਕਰ ਰਹੇ ਨੇ ਕਿੰਨੇ ਛੋਟੇ ਦੁਕਾਨਦਾਰਾਂ ਦਾ ਕੁੰਡਾ ਹੋ ਜਾਂਦਾ ਜਦ ਵੱਡਾ ਪੁਲ ਜਾ ਬਣ ਜਾਂਦਾ ਉਹਦੇ ਸਮੇਂ ਸਮਾਨ ਵੇਚਣ ਹੱਟ ਜਾਂਦਾ ਕਿਉਂਕਿ ਲੋਕ ਉੱਥੋਂ ਨਹੀਂ ਲੰਘਦੇ ਨਹੀਂ ਉਹਨੇ ਰਸਤੇ ਨਹੀਂ ਰਹਿੰਦਾ ਜਾ ਪਈ ਲੈਣੀ ਹੋ ਜਾਂਦੀ ਆਲ ਕਹਿੰਦਾ ਯਾਰ ਉੱਥੇ ਸਾਈਕਲ ਲਾ ਕੇ ਕੀ ਕਰਾਂਗੇ ਉਹ ਖੁੱਡੀ ਜੀ ਥਾਂ ਤੇ ਜਾ ਕੇ ਸਕੂਟਰ ਲਾਵਾਂਗੇ ਆਪਦਾ ਸਮਾਨ ਖਰੀਦ ਕੇ ਆ ਜਾਾਂਗੇ ਜਿੱਦੇ ਵੱਡੇ ਪੁਲ ਬਣੇ ਹੋਏ ਨੇ ਜਿੱਥੋਂ ਦੀ ਥੱਲੋਂ ਦੀ ਰਸਤਾ ਘੱਟ ਹੈ ਤੇ ਉੱਥੇ ਬਹੁਤੀ ਜਗ੍ਹਾ ਦੇ ਉੱਤੇ ਸਾਈਡਾਂ ਦੇ ਜਿਹੜੀਆਂ ਸਰਵਿਸ ਡੇਨ ਬਣੀਆਂ ਹੋਈਆਂ ਨੇ ਪੁਲ ਦੇ ਨਾਲ ਉਹਦੇ ਉੱਤੇ ਜਿੰਨੀਆਂ ਬਿਜ਼ਨਸ ਨੇ ਉਹ ਜ਼ਿਆਦਾ ਉਹ ਘਟੇ ਚ ਗਏ ਨੇ ਘਟਾ ਤਾਂ ਨਹੀਂ ਮੈਂ ਕਹਾਂਗਾ ਮਤਲਬ ਉਦੋਂ ਉਹਨਾਂ ਦੀ ਸੇਲ ਘਟੀ ਹੈ ਉਹ ਵਧੀ ਨਹੀਂ ਹੈ ਕਿਉਂਕਿ ਉੱਥੇ ਉੱਥੇ ਫੈਸਿਲਿਟੀ ਖਤਮ ਹੋ ਗਈ ਨਾ ਉੱਥੇ ਜਗ੍ਹਾ ਵਿਕਣਾ ਹੁੰਦੀ ਐ ਨਾ ਉੱਥੇ ਖੁੱਲੀ ਥਾਂ ਵੀ ਜਿਆਦਾ ਭੀੜ ਹੋ ਜੇ ਤਾਂ ਉਹ ਕੋਈ ਚੀਜ਼ ਹੈ ਨਹੀਂ ਨਾ ਉੱਥੇ ਡਿਸਪਲੇ ਕਰ ਸਕਦਾ ਉਹ ਦਿਖਾ ਸਕਦਾ ਲੋਕਾਂ ਨੂੰ ਸੋ ਇਹ ਤਾਂ ਜਿਹੜਾ ਬਿਜ਼ਨਸ ਸਾਡੇ ਹੈਗਾ ਲੋਕ ਆਪੇ ਪੰਜਾਬ ਦੇ ਵਿੱਚ ਤਕਰੀਬਨ 5 ਲੱਖ ਅਧਾਰੇ ਜਾਂ ਛੋਟੀਆਂ ਦੁਕਾਨਾਂ ਵਗੈਰਾ ਦਾ ਉਹਨੇ ਤਕਰੀਬਨ 10 ਲੱਖ ਲੋਕਾਂ ਨੂੰ ਲਾਇਆ ਹੋਇਆ ਰੁਜ਼ਗਾਰ 'ਚ ਉਹੇ ਬੰਦ ਕਰ ਰਹੇ ਨੇ ਵੱਡੇ ਵੱਡੇ ਕੋੜ ਬਣਾ ਦਿੰਦੇ ਨੇ ਕਦੇ ਕਿਤੇ ਕਦੇ ਰੇਲਵੇ ਦਾ ਕਦੇ ਫਲਾਣਾ ਫਿਰ ਕਹਿੰਗੇ ਜੀ ਵਿਕਾਸ ਹੈ ਉਹ ਵਿਕਾਸ ਦੇ ਨਾਂ ਤੇ ਉਹਨੂੰ ਤੋੜ ਰਹੇ ਨੇ ਇਹਨਾਂ ਨੂੰ ਨਾ ਵਿਕਾਸ ਦਾ ਪਤਾ ਹੈ ਨਾ ਹੋਰ ਵਿਕਾਸ ਕਾਦੇ ਵਾਸਤੇ ਚਾਹੀਦਾ ਹੈ ਸਿੱਖਿਆ ਕਾਦੇ ਵਾਸਤੇ ਚਾਹੀਦੀ ਹੈ ਸਿੱਖਿਆ ਦੀ ਨੀਤੀ ਨਈ ਪ੍ਰਾਣੀ ਦਾ ਸਵਾਦ ਨਹੀਂ ਉੱਡਾ ਸਿੱਖਿਆ ਕੇ ਅਸੀਂ ਆਪਣੇ ਸਮਾਜ ਚਾਰ ਨੂੰ ਸਿੱਖੀਏ ਅਸੀਂ ਆਪਣੇ ਵਿਦਿਆਪਸਚਾਰ ਨੂੰ ਸਿੱਖੀਏ ਅਸੀਂ ਆਪਣੀ ਸਿਆਸਤ ਨੂੰ ਸਿੱਖੀਏ ਅਸੀਂ ਆਪਣੇ ਸਮਾਜ ਨੂੰ ਸਿੱਖੀਏ ਅਸੀਂ ਆਪਣੇ ਸਿਧਾਂਤ ਨੂੰ ਸਿੱਖੀਏ ਜਿਹਨੂੰ ਅਸੀਂ ਦਰਸ਼ਨ ਕਹਿੰਦੇ ਆ ਕਿ ਅਸੀਂ ਕੋਈ ਕਿਤਾ ਸਿੱਖੀਏ ਜੇ ਅਸੀਂ ਉਹਦੇ ਨਾਲ ਸਿੱਖ ਕੇ ਅਬਜੇ ਪੰਜਾਬ ਦਾ ਵਿਕਾਸ ਕਰੀਏ ਦੇਸ਼ ਦਾ ਵਿਕਾਸ ਕਰੀਏ ਜੇ ਕੁਝ ਹੋਣਾ ਹੀ ਨਹੀਂ ਕਿਤਾਬ ਤੇ ਜੀ ਕਿਸੇ ਨੇ ਪੋਥੀ ਵਾਲੀ ਕਿਸੇ ਨੇ ਕੋਤੀ ਵਾਲੀ ਕਿਤਾਬ ਤੇ ਜਿੰਨੀ ਮਰਜ਼ੀ ਪੜ੍ਹ ਲਓ ਕਿਤਾਬ ਪੜਨਾ ਤਾਂ ਸਾਰਾ ਕੁਝ ਨਹੀਂ ਨਾ ਜਾਣਾ ਸੋ ਇਹ ਨਾ ਨੇ ਸਿੱਖਿਆ ਨੀਤੀ ਦੇ ਵਿੱਚ ਵੀ ਨਾ ਤਾਂ ਸਿੱਖਿਆ ਦੀ ਗੱਲ ਕਰਦੇ ਨੇ ਸਿੱਖਿਆ ਨੀਤੀ 'ਚ ਇੱਕ ਵੱਡਾ ਸਵਾਲ ਹੈ ਕਿ ਅੱਜ ਤੱਕ ਨਹੀਂ ਇਹਨਾਂ ਨੇ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਵੀ ਨਹੀਂ ਹੋਣਾ ਇਹ ਹਰਜੋਤ ਵੈਂਸਨ ਦਾ ਪਤਾ ਵੀ ਨਹੀਂ ਹੋਣਾ ਉਹ ਸਵਾਲ ਇਹ ਹੈ ਕਿ ਬਈ ਇਹ ਜਿਹੜਾ ਆਪਣਾ ਕੇਂਦਰੀ ਸਿੱਖਿਆ ਬੋਰਡ ਹੈ ਸੈਕੰਡਰੀ ਸਿੱਖਿਆ ਬੋਰਡ ਹੈ CBSE ਜਿਹਨੂੰ ਕਹਿੰਦੇ ਨੇ ਉਹਨੇ ਪੰਜਾਬੀ ਨੂੰ 2 ਨੰਬਰ ਦਾ ਵਿਸ਼ਾ ਬਣਾਤਾ 2ਮ ਤੱਕ ਜਿਹਦਾ ਬਣਾਤਾ ਹੁਣ ਜੇ ਪੰਜਾਬ ਦੇ CBSE ਸਕੂਲਾਂ 'ਚ ਕੋਈ ਪੰਜਾਬੀ ਬਿਲਕੁਲ ਨਾ ਪੜ੍ਹਨਾ ਚਾਹੇ ਵਿਸ਼ੇ ਦੇ ਤੌਰ ਤੇ ਕਿ ਪੰਜਾਬ ਸਰਕਾਰ ਨੂੰ ਮਜਬੂਰ ਨਹੀਂ ਕਰ ਸਕਦੇ ਇਹ ਬੜੇ ਐਵੇਂ ਆਪਦਾ ਉਹ ਕਰਨ ਵੀ ਅਸੀਂ ਤਾਂ ਜ਼ਰੂਰੀ ਕਰਤੀ ਪੰਜਾਬੀ ਇਹਦਾ ਮਤਲਬ ਨਾ ਤਾਂ ਇਹਨਾਂ ਦੇ ਸਕੱਤਰ ਨੇ ਦੇਖਿਆ ਨਾ ਡੀਪੀਏ ਨੇ ਦੇਖਿਆ ਨਾ ਇਹਨਾਂ ਨੇ ਆਪ ਦੇਖਿਆ ਵੀ ਭਾਈ ਇਹ ਤਾਂ ਆਪ ਕਰ ਹੀ ਨਹੀਂ ਸਕਦੇ ਸੀਬੀਐਸਸੀ ਦੇ ਸਕੂਨਾਂ ਚ ਪੰਜਾਬੀ ਜ਼ਰੂਰੀ ਕਰ ਨਹੀਂ ਸਕਦੇ ਉੱਥੇ ਮੰਗ ਨਹੀਂ ਕਰੀ ਵੀ ਆਹ ਤੁਹਾਡਾ ਸੀਬੀਐਸਸੀ ਦਾ ਡਾਇਰੈਕਟਰ ਕੀ ਕਰਦਾ ਭਾਈ ਇਹਨੂੰ ਕਹੋ ਇਹਨੂੰ ਪੰਜਾਬੀ ਨੂੰ ਦੋਨ ਦਰ ਜਾ ਕੇ ਮੈਂ ਬਣਾਤਾ ਉੱਥੇ ਮੰਗੀ ਨਹੀਂ ਇਸ ਕਰਕੇ ਇਹ ਤਾਂ ਆਰਦੀ ਪੰਜਾਬੀ ਭਾਸ਼ਾ ਦੀ ਰੱਖੇ ਨਹੀਂ ਕਰ ਸਕਦੇ ਇਹਨਾਂ ਨੇ ਪੜਾਈ ਦਾ ਕਿੰਨਾ ਕੁ ਵਧਾ ਦੇਣਾ ਨਹੀਂ ਹੋ ਰਿਹਾ ਇਹ ਗਲਤ ਹੋਏਗਾ ਨਵੀਂ ਸਿੱਖਿਆ ਨੀਤੀ ਤਾਂ ਉਹ ਤਾਂ ਕਹਿੰਦੀ ਚਾਹੀਹੀ ਆ ਦਿਖਾਵੇ ਚਾਹਤਾ ਵੀ ਮਾਤਪਾਸ਼ਾ ਚ ਵਿਦਿਆ ਮਾਤਪਾਸ਼ਾ ਚ ਉਹ ਕਹਿੰਦਾ ਜਿੱਥੋਂ ਤੱਕ ਸੰਭਵ ਹੋਵੇ ਪੰਜਵੀਂ ਤੱਕ ਵਿਦਿਆ ਮਾਤਪਾਸ਼ਾ ਕੀਤੀ ਜਾਵੇ ਇਹਦਾ ਮਤਲਬ ਹੈ ਜੇ ਪੰਜਵੀਂ ਚੱਕਵੀ ਸੰਭਵ ਨਹੀਂ ਫਿਰ ਮਾਤਪਾਸ਼ਾ ਚ ਵਿਦਿਆ ਦੀ ਲੋੜ ਨਹੀਂ ਜਦ ਕਿ ਵਿਦਿਆ ਤਾਂ ਮਾਤਪਾਸ਼ਾ ਜਿੱਥੇ ਤੱਕ ਉੱਚੇ ਤੱਕ ਵੀ ਜਾ ਸਕਦੀ ਹੈ ਸਵਾਲ ਇਸ ਗੱਲ ਦੇ ਪਾਸੇ ਜਾਂਦੀ ਹੈ ਸਾਡੇ ਲੋਕ ਕੀ ਕਰਦੇ ਨੇ ਸਾਡੇ ਲੋਗ ਜਿੰਨੇ ਸਰਕਾਰਾਂ ਚ ਕੰਮ ਕਰਦੇ ਨੇ ਬੁੱਧੀਜੀਵੀ ਉਹ ਰਜਗਾਰਵਾਦੀ ਨੇ ਉਹ ਲੋਕਾਂ ਨੂੰ ਰੌਲਾ ਪਾਉਂਦੇ ਅਸੀਂ ਆਹ ਕਰ ਦਾਂਗੇ ਫਰਾਨਾ ਯੂਨੀਵਰਸਿਟੀਆਂ ਨੇ ਕਿਹਾ ਕਿ ਅਸੀਂ ਮੈਡੀਕਲ ਵਿਗਿਆਨ ਨੂੰ ਪੰਜਾਬੀ ਚ ਕਰਨ ਵਾਸਤੇ ਵਿਗਿਆਨ ਨੂੰ ਪੰਜਾਬੀ ਚ ਕਰਨ ਵਾਸਤੇ ਆਹ ਕਰਾਂਗੇ ਆਹ ਕੰਪਲੀਟ ਟਾਰਾ ਮਾਰੀਆ ਬੜੇ ਹੋ ਕੇ ਪਤਾ ਨਹੀਂ ਕਿੰਨਾ ਪੈਸਾ ਵੀ ਖਰਚਾਤਾ ਹੋਊਗਾ ਅੱਜ ਤੱਕ ਯੂਨੀਵਰਸਿਟੀਆਂ ਪੰਜਾਬੀ ਚ ਨਹੀਂ ਕਰ ਸਕੀਆਂ ਵਿਗਿਆਨ ਨੂੰ ਪੈਸਾ ਬਹੁਤ ਖਰਚਦੇ ਵੀ ਉਹ ਦਿਖਾਵਾ ਕਰਤਾ ਉਹਦੇ ਲੈਲੇ ਪਾਹੀ ਉਹਦੇ ਨਾਲ ਪੈਸਿਆਂ ਨਾਲ ਦਿਖਾਵੇ ਨਾਲ ਕੋਈ ਅਸਲੀ ਕੰਮ ਸੜੋਣਾ ਕੰਮ ਤਾਂ ਉਹ ਕਹਿੰਦੇ ਹਮਣਾ ਉੱਪਰ ਹੋਗ ਨਵੇੜਾ ਕਿਆ ਸੂਫੀ ਕਿਆ ਪੰਗੀ ਜੇ ਅਮਲ ਤਾਂ ਤੋ ਨਾ ਮੜੇ ਪੱਬੇ ਨੇ ਮੇ ਥੋੜੋ ਕੇ ਸੱਚੂ ਰੇ ਸਭ ਕੋ ਉੱਪਰ ਸੱਚਾ ਆਚਾਰ ਜਿਹੜਾ ਆਚਾਰ ਉਹ ਅਮਲ ਹੈ ਤੁਸੀਂ ਅਮਲ ਕਰ ਨਹੀਂ ਰਹੇ ਜਦ ਤੁਸੀਂ ਅਮਲ ਨਹੀਂ ਕਰ ਰਹੇ ਤੁਸੀਂ ਥੁੱਕੇ ਮੜੇ ਬਕਾਉਣੇ ਹੋ ਤੁਸੀਂ ਗੱਲਾਂ ਕਰਦੇ ਹੋ ਵੀ ਅਸੀਂ ਆ ਵੀ ਕਰਾਂਗੇ ਉਹ ਵੀ ਕਰਾਂਗੇ ਸੋ ਇਹ ਹੋ ਜਨਾ ਆਫ ਦਾ ਤੂੰ ਨਹੀਂ ਗੱਦਾ ਛੇਖ ਚਲੀ ਆ ਰੀਆਂ ਗੱਲਾਂ ਕੋਈ ਵੀ ਕਰ ਸਕਦਾ ਕੋਈ ਔਖਾ ਕੰਮ ਨਹੀਂ ਹੈਗਾ ਬਾਕੀ ਭਵੰਤਮਾਨ ਨੂੰ ਤਾਂ ਕਰਨੀ ਬਿਲਕੁਲ ਵੀ ਔਕੀਆਂ ਨਹੀਂ ਕਿਉਂਕਿ ਉਹ ਤਾਂ ਹੈ ਹੀ ਵਜਾ ਹੀ ਉਹਦੇ ਵਾਸਤੇ ਕੋਈ ਔਖਾ ਕੰਮ ਹੀ ਨਹੀਂ ਜਦ ਮਰਜੀ ਕਰੀ ਜਾਵੇ ਪਰ ਉਹਦੇ ਨਾਲ ਸੂਬਾ ਨਹੀਂ ਚੱਲਣਾ ਉਹਦੇ ਨਾਲ ਵਿਕਾਸ ਨਹੀਂ ਹੋਣਾ ਉਹਦੇ ਨਾਲ ਜਿਹੜਾ ਸਲਾਹਕਾਰ ਲਾ ਲਿਆ ਕਹਿ ਕੇ ਵੀ ਇਹ ਸਾਡਾ ਆਰਥਿਕ ਸਲਾਹਕਾਰ ਹੈ ਉਹਦੇ ਨਾਲ ਅਰਥਚਾਰਾ ਨਹੀਂ ਸਿੱਧਾ ਹੋਣਾ ਜਿਹੜੇ ਨਾਲ ਤੇ ਵੀ ਅਸੀਂ ਫਲਾਨੀ ਥਾਂ ਟ੍ਰੇਨਿੰਗ ਦੇਵਾਂਗੇ ਟੀਚਰਾਂ ਨੂੰ ਉਹਨਾਂ ਸਿੱਖਿਆ ਨਿਸ਼ੋਦ ਨੇ ਪਹਿਲਾਂ ਦਿੱਤੀ ਹੈ ਟ੍ਰੈਨਿੰਗ ਕਿੰਨੀ ਕਿਸੋਦ ਦੀ ਤੁਹਾਡੇ ਸਾਹਮਣੇ ਆ ਪੁੱਛ ਲੋ ਹੁਣ ਤਾਂ 2.5 ਸਾਲ ਹੋ ਗਏ ਇਹਨਾਂ ਨੂੰ ਆਇਆ ਨੂੰ 2.5 ਸਾਲ ਚ ਕੋਈ ਤਾਂ ਗੋਲੇ ਚ ਪੂਣੀ ਕੱਤੀ ਜਾਂਦੀ 2.5 ਸਾਲ ਚ ਦੱਸ ਦੇ ਨ ਵੀ ਕੀ ਸੋਦੇ ਜਿੱਥੇ ਜਾ ਕੇ ਦੇਖ ਲੋ ਪੰਜਾਬੀ ਗੱਤ ਲਿਖੀ ਹੋਈ ਆ ਪੰਜਾਬੀ ਲਿਖਣੀ ਨਹੀਂ ਆਉਂਦੀ ਪੜਾਉਣ ਦੀਆਂ ਗੱਲਾਂ ਕਰਦੇ ਵੀ ਅਸੀਂ ਡਾਕਟਰੀ ਪੰਜਾਬੀ ਚ ਪੜਾ ਦੇਣੀ ਆ ਤੁਹਾਨੂੰ ਪੰਜਾਬੀ ਦੀ ਕਮਤਾ ਦੀ ਤਾਂ ਪੰਜਾਬੀ ਲਿਖਣੀ ਨਹੀਂ ਆਉਂਦੀ ਤੁਹਾਨੂੰ ਗੁਰਬਾਣੀ ਤਾਂ ਪੰਜਾਬੀ ਚ ਲਿਖਣੀ ਨਹੀਂ ਆਉਂਦੀ ਕੀ ਤੁਸੀਂ ਦੱਸ ਕੇ ਇੱਕ ਬੋਰਡ ਤਾਂ ਸਧਾਰਨ ਬੋਰਡ ਤੁਹਾਨੂੰ ਪੰਜਾਬੀ ਚ ਲਾਉਣਾ ਨਹੀਂ ਆਉਂਦਾ ਤੁਸੀਂ ਕਿੰਨਾਂ ਸੀ ਡਾਕਟਰੀ ਪੰਜਾਬੀ ਚ ਕਰ ਲਾਂਗੇ ਫਿਰ ਸਾਰਾ ਕੁਝ ਪੜਾਈ ਦੇ ਉੱਤੇ ਵੀ ਜੇਸ ਦੇ ਸੁਭੇ ਦੀਆਂ ਆਂਦਨ ਦੇ ਉੱਤੇ ਵੀ ਇਹ ਠਕਾਵੇ ਨੇ ਇਹਦੇ ਨਾਲ ਕੁਝ ਨਹੀਂ ਹੋਣਾ ਕਿਉਂਕਿ ਜਿੰਨਾ ਤੇ ਨਿੱਟ ਕੇ ਬੈਠ ਕੇ ਚਰਚਾ ਕਰਕੇ ਬਾਬੇ ਨੇ ਕਿਹਾ ਹੋਏ ਕੱਤਲ ਮਿਲੋ ਮੇਰੇ ਪਾਈ ਦੂਰ ਕਰੋ ਦੇ ਬਾਈ ਆਗਨਾ ਮੇ ਕੇ ਤੂੰ ਹੋ ਉਹ ਜੋ ਦੀ ਗੁਰਮੁਖ ਬੈਸੋ ਸਫਾ ਬਚਾਏ ਜਿੰਨਾ ਚਿਰ ਸਫਾ ਬਿਚਾ ਕੇ ਬੈਠਣਾ ਗੱਲ ਜਾਨਕਿ ਅਸੈਂਬਲੀ ਦੇ ਵਿੱਚ ਇੰਨਾ ਗੱਲਾਂ ਤੇ ਚਰਚਾ ਨਹੀਂ ਕਰਦੇ ਐਡਾ ਐਮਐਲਏ ਚਰਚਾ ਕਰਨ ਵੀ ਕੀ ਕਰਨਾ ਫਿਰ ਉਹ ਲੋਕਾਂ ਚ ਲੈ ਕੇ ਜਾਣ ਫਿਰ ਉਹ ਵਿਦਵਾਨਾਂ ਨਾਲ ਗੱਲ ਕਰਨਾ ਫਿਰ ਉਸ ਤੋਂ ਬਾਅਦ ਕੋਈ ਨੀਤੀ ਦਾ ਫੈਸਲਾ ਕਰਨਾ ਤਾਂ ਤਾਂ ਹੋਵੇ ਇਹ ਚਰਚਾ ਨਹੀਂ ਕਰਮ ਫਿਰ ਇਹ ਕਿ ਮੇ ਸਾਡੇ ਕੋਲ ਕੰਮ ਹੀ ਕੋਈ ਨਹੀਂ ਜਿੰਨਾਂ ਕੋਲ ਕੰਮ ਕੋਈ ਹੀ ਉਹਨਾਂ ਨੇ ਚਰਚਾ ਕਾਦੀ ਕਰਮੀ ਹੈ ਲਈ ਇਸ ਕਰਕੇ ਇਹ ਦੇਖਾ ਤਾਂ ਇਸ ਵਾਰ ਤਾਂ ਇਹਨਾਂ ਨਕਸ਼ੇਮ ਕੀ ਜਰੂਰ ਤੁਹਾਨੂੰ ਪੰਜਾਬ ਦਾ ਪਹਿਰੇਦਾਰ ਬਣਾਇਆ ਹੈ ਤਾਂ ਤੁਸੀਂ ਪੰਜਾਬ ਦੇ ਹੱਕਾਂ ਦੇ ਲਈ ਕਿੰਨੀ ਕੁ ਪਹਿਰੇਦਾਰੀ ਕਰ ਰਹੇ ਹੋ ਕੀ ਜਿਵੇਂ ਉਹ ਕਹਿੰਦੇ ਕਿ ਚੌਕੀਦਾਰ ਜਿਹੜਾ ਉਹ ਸੁੱਤਾ ਰਹਿ ਗਿਆ ਤੇ ਚੋਰ ਮਾਲਕ ਲੈ ਕੇ ਉਹ ਹਾਲ ਪੰਜਾਬ ਦਾ ਹੋ ਰਿਹਾ ਜਿੰਨਾ ਮਸਲਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਜਤਿਹਦਰ ਸਾਹਿਬ ਦਾ ਬਲਟੋਆ ਸਾਹਿਬ ਦਾ ਅਕਾਲੀ ਦਲ ਦਾ ਪੰਥਕ ਰੋਲਾ ਪਿਆ ਮੁੱਖ ਮੰਤਰੀ ਸਾਹਿਬ ਉਹਦੇ ਤੇ ਲਾਈਵ ਹੋ ਕੇ ਆ ਕੇ ਕਹਿੰਦੇ ਨੇ ਕਿ ਅਸੀਂ ਐਕਸ਼ਨ ਲਵਾਂਗੇ ਜਦ ਕਿ ਹੋਰ ਬਹੁਤ ਪੰਥਕ ਮਸਲੇ ਨੇ ਖਾਸਕਰ ਉਹ ਜਿਹੜਾ ਕੈਨੇਡਾ ਤੇ ਭਾਰਤ ਦਾ ਡਾਟਸਾਬ ਦੀ ਬਾਤ ਚੱਲ ਰਿਹਾ ਉਹਦਾ ਪਿਛੋਕੜ ਸਮਝਣਾ ਚਾਹਵਾਂਗੇ ਕਿ ਇਹ ਜਿਸ ਢੰਗ ਨਾਲੇ ਉਲਝਦਾ ਜਾ ਰਿਹਾ ਹੁਣ ਗਿਆਨੀ ਹਰਪੀਤ ਸਿੰਘ ਉਹ ਵੀ ਕਹਿ ਰਹੇ ਨੇ ਕਿ ਸਾਡੇ ਮਸਲੇ ਨੂੰ ਹੁਣ ਛੱਡੋ ਉਹ ਖਤਮ ਹੋ ਚੁੱਕਿਆ ਜੋ ਹੋਣਾ ਸੀ ਹੋ ਗਿਆ ਹੁਣ ਗੱਲ ਇਹ ਹੈ ਕਿ ਜਿਹੜਾ ਸਾਡੇ ਸਿੱਖਾਂ ਨਾਲ ਸਾਡੇ ਪੰਜਾਬੀਆਂ ਨਾਲ ਵਧੇਕੀ ਧੱਕਾ ਹੋ ਰਿਹਾ ਕੈਨੇਡਾ ਦੇ ਧਰਤੀ ਤੇ ਜਾਂ ਅਮਰੀਕਾ 'ਚ ਜਾਂ ਟਾਰਗੇਟ ਕਿਲਿੰਗਸ ਹੋ ਰਹੀਆਂ ਨੇ ਉਹਦੇ ਉੱਤੇ ਕੋ ਬੋਲਣ ਨੂੰ ਤਿਆਰ ਨਹੀਂ ਸੁਖਪਾਲ ਖਹਿਰਾ ਬੋਲੇ ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਬੇਬਾਕੀ ਦੇ ਨਾਲ ਬੋਲੇ ਇਸ ਮਾਮਲੇ ਦੇ ਵਿੱਚ ਹੁਣ ਜੱਜਦਰ ਸਾਹਿਬ ਵੀ ਬੋਲੇ ਅਕਾਲੀ ਦਲ ਦੇ ਉੱਤੇ ਚੁੱਪ ਆ ਸੁਖਬੀਰ ਸਿੰਘ ਬਾਦਲ ਦੀ ਕੋਈ ਉਹ ਜੀ ਜਿਹੜੀ ਤਕਰੀਰ ਜਿਹੜੀ ਉਹ ਨਜ਼ਰ ਨਹੀਂ ਆਉਂਦੀ ਜੇ ਅਸੀਂ ਭਾਜਪਾ ਦੀ ਗੱਲ ਕਰ ਲਈਏ ਉਹ ਤਾਂ ਸਿੱਧਾ ਉਹਨਾਂ ਨੇ ਟਰੂਡੋ ਦੇ ਉੱਤੇ ਸਵਾਲ ਚੁੱਕਦੇ ਗਏ ਜੀ ਜਿਹੜਾ ਭਾਰਤੀ ਵਿਦੇਸ਼ ਮੰਤਰਾਲਾ ਜਾ ਇਹਨਾਂ ਦੇ ਬੁਲਾਰੇ ਨੇ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਜੀ ਟਰੂਡੋ ਸਾਹਿਬ ਉੱਥੇ ਪੁਸਤਪੜਾਈ ਕਰਦੇ ਨੇ ਲਾਰੈਂਸ ਬਿਸ਼ਨੋਈ ਦੇ ਜਿਹੜੇ ਗੁਰਗੇ ਨੇ ਉਹਨਾਂ ਦੀਆਂ ਇਲਜ਼ਾਮ ਭਾਰਤ ਤੇ ਲਾਉਂਦੇ ਨੇ ਆਖਿਰਕਾਰ ਅਸੀਂ ਇਹਨੂੰ ਕਿਵੇਂ ਵੇਖੀਏ ਭਾਰਤ ਦੇ ਸੰਦਰਭ ਚ ਪੰਜਾਬ ਤੇ ਸਿੱਖਾਂ ਦੇ ਸੰਦਰਭ ਦੇ ਵਿੱਚ ਕਿ ਇਹ ਮਾਮਲਾ ਇੰਨਾ ਵੱਡ ਚ ਕਿਉਂ ਰਿਹਾ ਕੋਸ ਗੰਦਰੇ ਗੱਲ ਇਹ ਹੈ ਪਹਿਲਾਂ ਤਾਂ ਜੇ ਤੁਸੀਂ ਕਹੇ ਵੀ ਇਹ ਚੌਕੀਦਾਰ ਨੇ ਚੌਕੀਦਾਰ ਤੋਂ ਸਮਝ ਨਹੀਂ ਆਉਂਦੇ ਆਪਣੇ ਤਾਂ ਮਾਲਕ ਸਮਝਦੇ ਨੇ ਜਦ ਬੰਦਾ ਮਾਲਕ ਸਮਝੋ ਉਹਦੇ ਵਿੱਚ ਹੰਕੜ ਆ ਜਾਂਦੀ ਹੈ ਜਦ ਉਹਦੇ ਵਿੱਚ ਹੰਕੜ ਆ ਜਾਂਦੀ ਹੈ ਉਹ ਦੂਜਿਆਂ ਨੂੰ ਘਿਰਨਾ ਕਰਨ ਲੱਗ ਜਾਂਦਾ ਹੈ ਤੇ ਜਦੋਂ ਘਿਰਨਾ ਕਰਦਾ ਤਾਂ ਦੂਜਿਆਂ ਤੇ ਡੰਡਾ ਫੇਰਦਾ ਵੀ ਮਾਗੀ ਸਾਹਿਬ ਦੀ ਗੱਲ ਕਰੀ ਸੀ ਉਹ ਡੰਡਾ ਫੇਰਨ ਦੀ ਕਰਦੀ ਆ ਅੱਜ ਮੈਂ ਮਾਗੀ ਸਾਹਿਬ ਦਾ ਇੱਕ ਬਿਆਨ ਪੜ੍ਹਿਆ ਸੀ ਮੈਨੂੰ ਸੱਚੀ ਮੁੱਚੀ ਨਹੀਂ ਪਤਾ ਸੀ ਕਿ ਉਹਦਾ ਵੀ ਉਹ ਗੱਲ ਵੀ ਹੋਈ ਆ ਮਾਗੀ ਸਾਹਿਬ ਨੇ ਲਿਖਿਆ ਵੀ ਇਹਨਾਂ ਦਾ ਇੱਕ ਸੜਾਕਾ ਸੀ ਜਿਹੜਾ ਹੁਣ ਤੱਕੜਤਾ ਮੀਡੀਆ ਸੜਾਕਾ ਕਹਿੰਦਾ ਉਹਨੇ رائے ਦਿੱਤੀ ਸੀ ਵੀ ਉ ਕਹਣਾ ਉਹਨੇ ਮੈਨੂੰ ਕਿਉਂਕਿ ਇੱਕ ਦਿਨ ਪਹਿਲਾਂ ਫੋਨ ਕਰਿਆ ਸੀ ਵੀ ਤੁਸੀਂ ਬਹੁਤ ਤੇਜ਼ ਬੋਲ ਰਹੇ ਹੋ ਥੋੜਾ ਧਿਆਨ ਰੱਖੋ ਮੈਂ ਹਫਤੇ ਇੱਕ ਚੱਲੋ ਇਹਨਾਂ ਨਾਲ ਗੱਲ ਕਰਾਂਗਾ ਪਰ ਕਹਿੰਦਾ ਦੂਜੇ ਦਿਨ ਹੀ ਫੜਾਤਾ ਸੋ ਇਹ ਜਿਹੜੇ ਹੈਗੇ ਨੇ ਇਹ ਹੁਕਮਰਾਨ ਨੇ ਇਹ ਆਪਣੇ ਆਪ ਨੂੰ ਸੇਵਾਦਾਰਨੀ ਸਮਝਦੇ ਇਹ ਕਹਿੰਦੇ ਅਸੀਂ ਹਾਂ ਹੀ ਹੁਕਮਰਾਨ ਇਹ ਜਿਹੜੇ ਮਰਜੀ ਅਧਿਕਾਰੀ ਨੂੰ ਜਿਹਨੂੰ ਮਰਜੀ ਫਾੜਨ ਕਰ ਲੈਂਦੇ ਨੇ ਜਿਹਨੂੰ ਮਰਜੀ ਲੈ ਕੇ ਉਧਰ ਚੱਲਦਾ ਉਧਰ ਚੱਲਦਾ ਇਹ ਤਾਂ ਲੋਕਾਂ ਨੂੰ ਐਸਾ ਹੱਕ ਕੇ ਲੱਗੇ ਜਾਂਦੇ ਨੇ ਜਿਹਦੇ ਹਿਸਾਬ ਨਾਲ ਕੋਈ ਇਨਸਾਨੀਅਤ ਰਿਸ਼ਤੇ ਵੀ ਨਹੀਂ ਰਹਿ ਜਾਂਦੇ ਸੋ ਇਸ ਕਰਕੇ ਇੱਕ ਇਨਾਂ ਤੋਂ ਜੈ ਭਨੇਖਾ ਛੱਡਦੀ ਹੈ ਉਹ ਦੂਜਾ ਜਿੱਥੋਂ ਤੱਕ ਪੰਥਕ ਸਿਆਸਤ ਦਾ ਸਵਾਲ ਹੈ ਉਹ ਜੁੜੀ ਹੋਈ ਹੈ ਕੈਨੇਡਾ ਨਾਲ ਉਸਕੇ ਨਾਲ ਗਿਆਦੇ ਗਿਆਨੀ ਹਰਕ੍ਰਿਸ਼ ਸਿੰਘ ਜੀ ਨੇ ਕਹਿਤਾ ਵੀ ਹੁਣ ਮਸਲਾ ਹੱਲ ਹੋ ਗਿਆ ਮੇਰਾ ਖਿਆਲ ਹੈ ਵੀ ਸਭ ਤੋਂ ਸਿਆਣਪ ਭਰਿਆ ਬਿਆਨ ਹੈ ਇਹਦੇ ਉੱਤੇ ਗਿਆਨੀ ਹਰਕ੍ਰਿਸ਼ ਸਿੰਘ ਦਾ ਮੈਂ ਸਾਰਾ ਸੁਣਿਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਕਰੀ ਹੈ ਔਰ ਇੱਕ ਜ਼ਿੰਮੇਵਾਰ ਵਿਅਕਤੀ ਦੀ ਤਰ੍ਹਾਂ ਗੱਲ ਕਰੀ ਗਿਆ ਜਦੋਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਹਿੰਦੇ ਹਾਂ ਮੈਂ ਵੀ ਸੈਂਟੀਮੈਂਟਲ ਕਈ ਵਾਰ ਹੋ ਜਾਂਦਾ ਬੰਦਾ ਨਹੀਂ ਹੋਣਾ ਚਾਹੀਦਾ ਇਹ ਵੀ ਉਹਨਾਂ ਨੂੰ ਪਤਾ ਹੈ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਵੱਡੇ ਆਉਦੇ ਥੇ ਨੇ ਪਰ ਉਹਨਾਂ ਨੇ ਅਖਿਆ ਮਸਲਾ ਹੱਲ ਹੋ ਗਿਆ ਜਦ ਹੱਲ ਹੋ ਗਿਆ ਵੀ ਜਿਹੜੀ ਉਹ ਤੂਲ ਦੇ ਨਾਮ ਨੂੰ ਉਹ ਦੱਸੋ ਉਹਨਾਂ ਨੇ ਕਿਉਂ ਕਾਦੇ ਵਾਸਤੇ ਉਕਲਾ ਰਹੇ ਨੇ ਸੱਚੀ ਦਾ ਮਸਲਾ ਹੈ ਖਖਤਾ ਦੇ ਉਹ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਦੇ ਵਿਚਾਰੇ ਆ ਉਹਨਾਂ ਦੇ ਜਿਹੜੇ ਸਿਆਣੇ ਬੰਦੇ ਨੇ ਲੱਗੇ ਹੋਏ ਨੇ ਜਹੇ ਜੇ ਵੀ ਲੈਗੇ ਨੇ ਚੰਗੇ ਨੇ ਮਾੜੇ ਨੇ ਜੋ ਵੀ ਨੇ ਉਹਨਾਂ ਨੇ ਆਪ ਦਾ ਮਸਲਾ ਹੱਲ ਕਰ ਲਿਆ ਕਿ ਜਿਹਦੇ ਉੱਤੇ ਕੇਂਦਰ ਚ ਹੋਈ ਹੋਈ ਸੀ ਗੱਲ ਉਹ ਵੀ ਹੱਲ ਹੋ ਗਈ ਉਹਨਾਂ ਨੇ ਆਪ ਹੀ ਕਹਿਤਾ ਵੀ ਹੱਲ ਹੋ ਗਿਆ ਮੈਨੂੰ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਸੇਵਾ ਤੁਸੀਂ ਕਰਨੀ ਹੈ ਤੇ ਜਿੰਨਾ ਚਿਰ ਵਾਹਿਗੁਰੂ ਮੇਰੇ ਤੋਂ ਸੇਵਾ ਲਏਗਾ ਮੈਂ ਕਰਾਂਗਾ ਇਹ ਜਿਹੜਾ ਫਿਰ ਉਹਨਾਂ ਨੇ ਨਾਲ ਦੀ ਨਾਲ ਕਿਹਾ ਵੀ ਹੁਣ ਸਾਡੇ ਸਾਹਮਣੇ ਨਵਾਂ ਵਸਬਾ ਔਰ ਉਹਨਾਂ ਨੇ ਉਸ ਮਸਲੇ ਦੀ ਬੜੇ ਵਧੀਆ ਤਰੀਕੇ ਨਾਲ ਅਧਿਐਨ ਕਰਿਆ ਮੈਂ ਤਾਂ ਕਹਾਂਗਾ ਗੈਨੀ ਹਾਲਪੀਸਨ ਨੇ ਸਹੀ ਤਰਜਮਾ ਨਹੀਂ ਕਰੀਏ ਸਾਡੇ ਕੈਨੇਡਾ ਨਾਲ ਮਸਲੇ ਦੀ ਉਹਨਾਂ ਨੇ ਆਖਿਆ ਕਿ ਕੈਨੇਡਾ ਦੇ ਜਿਹੜੇ ਵਾਸੀ ਨਾ ਪੰਜਾਬੀ ਨੇ ਸਾਡੇ ਉਹਨਾਂ ਨੂੰ ਪੰਜਾਬ ਚੋਂ ਦਾ ਹੱਕ ਹੈ ਹੁਣ ਵੀ ਜੇ ਤੁਸੀਂ ਕਿਵੇਂ ਰੋਕ ਦੋਗੇ ਹੈ ਉਹ ਸਾਡੇ ਪੰਜਾਬੀ ਨੇ ਤੇ ਉਹਨਾਂ ਨਾਲ ਵਿਸਕਰਾ ਨਹੀਂ ਹੋਣਾ ਚਾਹੀਦਾ ਇਹ ਇਹ ਕਹਿੰਦੇ ਨੇ ਵੀ ਉਹ ਉੱਥੇ ਆਜੂ ਆਜੂ ਹਰਕਾ ਦੇਖੋ ਕਿੱਥੇ ਹੈ ਗਿਆਨੀ ਜੀ ਇਹ ਕਹਿ ਰਹੇ ਨੇ ਕਿ ਸਾਡੇ ਪੰਜਾਬੀ ਨੇ ਉਹਨਾਂ ਨੂੰ ਰਹਿਉਣ ਦਾ ਹੱਕ ਹੈ ਉਹਨਾਂ ਦੇ ਵੀ ਜਿਵੇਂ ਤੁਸੀਂ ਰੱਦ ਕਰ ਲੋਗੇ ਗਲਤ ਸੱਚੀ ਹੈ ਇਹ ਅਜੂਬੀ ਉਹ ਵੀਜੇ ਰੱਦ ਕਰਨ ਦਾ ਮਤਲਬ ਕੀ ਹੋਏਗਾ ਵੀਜੇ ਰੱਦ ਕਰਨ ਦਾ ਮਤਲਬ ਇਹ ਹੋਏਗਾ ਵੀ ਮੂਰੇ ਜਿਹੜੀ ਆਮਦਨ ਹੋਣੀ ਹੈ ਲੋਕਾਂ ਨੂੰ ਤੇ ਹਰਾਂ ਦੇ ਦਿਨਾਂ 'ਚ ਜਿਹੜੇ ਚਾਰ ਪੈਸੇ ਉਹਨਾਂ ਨੇ ਆ ਕੇ ਉਹਦੇ ਖਰਚਨੇ ਨੇ ਖਰਚੇ ਨਹੀਂ ਜਾਣਗੇ ਜਿਹੜੇ ਕਿਸੇ ਗਰੀਬ ਆਦਮੀ ਦੀ ਰੋਟੀ ਚੱਲੂਗੀ ਕਿਸੇ ਸਰਕਾਰ ਦਾ ਉਹ ਤਾਂ ਜੀਐਸਟੀ ਇਕੱਠਾ ਕਰਨ ਨੂੰ ਫਿਰਦੇ ਨੇ ਵੀ ਜੀਐਸਟੀ ਆਕਤੀਆਂ ਤੇ ਵੀ ਨਾਲੋਂ ਆ ਲੈ ਲੈਣਾ ਜਿਹੜਾ ਪੈਸਾ ਆਊਗਾ ਫੇਸ ਕਰਕੇ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਧਿਆਨ ਜਿਹੜਾ ਮੈਂ ਕਹਾਂਗਾ ਬਹੁਤ ਸੁੱਝਿਆ ਹੋਇਆ ਧਿਆਨ ਹੈ ਕਿ ਠੀਕ ਹੈ ਸਿੱਖ ਪੰਥ ਦੇ ਵਿੱਚ ਐਸ ਵਕਤ ਵੱਡੇ ਪਾੜੇ ਨਹੀਂ ਪਾਉਣੇ ਚਾਹੀਦੇ ਪਹਿਲਾਂ ਬਛਰੇ ਪਏ ਹੋਏ ਨੇ ਔਰ ਜਿੰਨੇ ਜ਼ਿਆਦਾ ਪਾੜੇ ਪਹਿਨਗੇ ਉਹਨਾਂ ਆਰਐਸਐਸ ਭੀਜਪੀ ਦੇ ਥੱਲੇ ਲੱਗਣਗੇ ਜਿੰਨਾ ਇਕੱਠੇ ਹੋ ਕੇ ਚੱਲਣਗੇ ਉਹਨਾਂ ਥੋੜੀ-ਬੋਤੀ ਆਜ਼ਾਦੀ ਕਰ ਸਕਦੇ ਨੇ ਆਪਦੀ ਸਿੱਖ ਨੂੰ ਆਜ਼ਾਦੀ ਦੀ ਲੋੜ ਹੈ ਨਾ ਕਿ ਕਿਸੇ ਥੱਲੇ ਲੱਗਣ ਦੀ ਸਿੱਖ ਸਿੱਖ ਪੰਥ ਹੀ ਵੱਖਰਾ ਹੈ ਇਹ 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 ਆਮ ਧਰਮਾਂ ਵਰਗਾ ਧਰਮ ਨਹੀਂ ਹੈ ਇਹ ਇੱਕ ਵੱਖਰ ਵਿਲੱਖਣ ਧਰਮ ਹੈ ਇਹਦਾ ਵਿਲੱਖਣ ਕਿਹਾਸ ਹੈ ਇਹਦੀ ਵਿਲੱਖਣ ਰਹਿਤ ਮਹੱਤਤਾ ਹੈ ਉਹ ਵਿਲੱਖਣਤਾ ਨੂੰ ਕਾਇਮ ਰੱਖਣ ਦੀ ਲੋੜ ਹੈ ਕਿ ਉਹ ਵਿਲੱਖਣਤਾ ਤਾਂ ਰਹਿ ਗਈ ਕਿੱਥੇ ਹੋਣਗੀ ਜੇ ਜੇ ਚਲੋ ਲੜਾਈ ਹੋਗੀ ਜੋ ਆਪਾਂ ਨੇ ਕਰਕੇ ਜਾਂਦੇ ਨੇ ਉਹ ਮਸਲਾ ਜੇ ਅਗਲੇ ਕਹਿੰਦੇ ਹੱਲ ਹੋ ਗਿਆ ਫਿਰ ਕਾਦੇ ਵਾਸਤੇ ਆਪਾਂ ਕਾਦੇ ਵਾਸਤੇ ਟੂਰ ਦੇਣੀ ਉਹਨੂੰ ਮੈਂ ਤਾਂ ਕਹਿੰਦੇ ਇਹ ਪੰਜਾਬ ਦੇ ਵੀ ਪ੍ਰਾਚ ਹੈ ਜਿੱਦੇ ਸਿੱਖੀ ਦੀ ਸ਼ਾਨ ਉੱਚੀ ਹੋਏਗੀ ਉਹਨੇ ਪੰਜਾਬ ਦੀ ਸ਼ਾਨ ਵੀੱਚੀ ਹੋਏਗੀ ਇਹ ਸਿੱਖੀ ਦੀ ਕਲਗੀ ਛੱਡੇ ਆਉਂਦੀ ਆ ਕਿਸੇ ਨਾ ਕਿਸੇ ਰੂਪ ਚ ਤੇ ਫਿਰ ਪੰਜਾਬ ਦੀ ਵੀ ਕਲਗੀ ਛੱਡੇ ਆਏ। ਕਿ ਜੇ ਪੰਜਾਬ ਦੀ ਕਲਗੀ ਛੱਡੇ ਆਉਂਦੀ ਆ ਤਾਂ ਦੇਸ਼ ਦੀ ਕਲਗੀ ਵੀ ਛੱਡੇ ਆਏਗੀ। ਸਾਨੂੰ ਇਹ ਸਮਝ ਕੇ ਚੱਲਣਾ ਪਊਗਾ। ਪੰਜਾਬ ਔਰ ਸਿੱਖੀ ਚ ਬੜੀ ਬਰੀਕ ਲਾਈਨ ਹੈ। ਪੰਜਾਬ ਔਰ ਦੇਸ਼ ਚ ਬੜੀ ਬਰੀਕ ਲਾਈਨ ਹੈ। ਗਿੱਜੇ ਡਾਇਨਾਮਿਟ ਕੀ। ਇਹ ਚ ਕਹਿੰਦੇ ਸੀ ਪੰਜਾਬ ਨੂੰ ਵਿਚਰਣਾ ਫਿਰਦਾ ਉਹਦੇ ਦੇਸ਼ 'ਚ ਨਹੀਂ ਬਚਣਾ। ਦੇਸ਼ ਬਚਿਆ ਹੀ ਤਾਂ ਹੈ ਜਰ ਕੋਈ ਬੰਦਾ ਹੁੰਦਾ ਨਾ ਡੋਲੇ ਤਕਲੇ ਹੁੰਦੇ ਨਹੀਂ ਕਿਦੇ। ਉਹਦੇ ਸਹਾਰੇ ਕੋਈ ਬੰਦੇ ਡਰਦੇ ਰਹਿੰਦੇ ਨੇ ਵੀ ਯਾਰ ਇਹਨਾਂ ਨਾਲ ਪੰਗਾ ਨਾ ਲਾਓ ਇਹਨਾਂ ਨੇ ਛੁੜਕ ਦੇਣਾ ਇਹ ਪੰਜਾਬ ਤੋਂ ਡਰਦੇ ਨੇ ਜੇ ਕੋਈ ਡਰਦੇ ਨੇ ਸਾਡੇ ਦੇਸ਼ ਤੇ ਹਮਲਾ ਕਰਨ ਤੋਂ ਨਹੀਂ ਇੰਨਾ ਸੌਖਾ ਕੰਮ ਨਹੀਂ ਹੈ ਤੁਸੀਂ ਕਰਕੇ ਆਪਾਂ ਸਮਝੀਏ ਤੁਸੀਂ ਦੇਖੋ ਬੰਗਲਾਦੇਸ਼ ਨਾਲ ਲੜਾਈ ਹੋਈ ਹਥਿਆਰ ਨਾਜੀ ਤੋਂ ਕੀਤੇ ਸਿੱਛਾਏ ਜਨਰਲ ਅਰੋੜਾ ਨੇ ਵਿਕਜੀਤ ਸਿੰਘ ਅਰੋੜਾ ਪਾਕਿਸਤਾਨ ਦੀ ਜੰਗ ਦੇ ਵਿੱਚ ਜਨਰਲ ਹਰਵਖ ਸਿੰਘ ਨੇ ਪਹਿੰਟ ਦੇ ਵਿੱਚ ਨਾ ਆਗੇ ਸੀ ਅੰਮ੍ਰਿਤਸਰ ਉਹ ਜੀ ਪਰ ਜਨਰਲ ਹਰਬਖ ਸਿੰਘ ਨੇ ਉਹ ਲੜਾਈ ਜਿੱਤ ਕੇ ਦਿਖਾਈ ਸੋ ਇੰਨਾ ਨਾ ਸੋਚੀ ਆਪਾਂ ਕਿ ਜਿਹੜਾ ਉਹ ਅ ਉਹ ਅਬਦਲ ਦੀ ਨਾ ਸੀ ਉਸ ਦਾ ਜਿਹਨੇ ਅਬਦੇ ਪੰਬ ਬੰਨੇ ਪੇਟ ਦੇ ਨਾਲ ਜਾ ਕੇ ਤੇ ਛੁੱਗਲ ਨਹਿਰ ਨੂੰ ਐ ਵਿੜਾਸਟ ਕਰਿਆ ਉਹ ਵੀ ਪੰਜਾਬੀ ਸੀ ਮੁਸਲਮਾਨ ਸੀ ਪੰਜਾਬੀ ਸੀ ਸੋ ਪੰਜਾਬੀਆਂ ਨੇ ਮੁੜਕ ਨੂੰ ਬਚਾਇਆ ਪੰਜਾਬੀਆਂ ਨੇ ਮੁੜਕ ਦੀ ਭੁੱਖਮਰੀ ਦੂਰ ਕਰੀ ਹੈ ਤੇ ਪੰਜਾਬ ਦੇ ਪਾੜਨ ਦੇ ਉੱਤੇ ਪੰਜਾਬ ਦੇ ਖਰਾਬ ਹੋਣ ਦੇ ਉੱਤੇ ਜਿਹੜੇ ਜਿੱਦੇ ਪਾਉਂਦੇ ਨੇ ਢੰਗੜੇ ਪਾਉਂਦੇ ਨੇ ਵੱਧੀਆਂ ਪਾਉਂਦੇ ਨੇ ਉਹ ਛੋਟੀ ਸੋਚ ਦੇ ਮਾਲਕ ਨੇ ਉਹਨਾਂ ਨੂੰ ਇਹ ਪਤਾ ਨਹੀਂ ਵੀ ਜਿਹੜਾ ਤੁਹਾਡੇ ਜਵਾਕ ਦੁੱਧ ਪੀਂਦੇ ਨੇ ਨਾ ਜਿਹੜਾ ਤੁਸੀਂ ਆਹ ਕਣਕ ਜੀ ਖਾਣੇ ਹੋ ਜਿਹੜਾ ਆ ਕਹਿੰਦੇ ਆਹ ਲੈ ਲੈ ਅੱਜ ਅਸੀਂ ਪੀਜਾ ਖਾੜਿਆ ਫਲਾਣਾ ਖਾੜਿਆ ਮੈਨੂੰ ਆਖੀਊਗਾ ਐਸੀ ਕਰਕੇ ਪੰਜਾਬ ਚ ਇਨਾਨ ਨ ਪੈਦਾ ਹੁੰਦਾ ਉਹਦੇ ਤੋਂ ਬਹੁਤ ਕੁਝ ਪੈਦਾ ਹੋ ਰਿਹਾ ਹੈ ਅਰਥਚਾਰਾ ਬਹੁਤ ਵੱਡਾ ਦੇਸ਼ ਦਾ ਚੱਲ ਰਿਹਾ ਉਹਦੇ ਨਾਲ ਉਹ ਗੱਲ ਕਰੀਏ ਵੀ ਆਪ ਜਿਹੜਾ ਅੰਨ ਦਾਤਾ ਪੰਜਾਬ ਵਾਲਾ ਹਰਿਆਣਾ ਵਾਲਾ ਉਹ ਖਾਤੂ ਕੰਮ ਕਰ ਰਿਹਾ ਉਹਨੇ ਕਿਨੇ ਕੱਝੇ ਚੜਿਆ ਹੋਇਆ ਵਿਚਾਰੇ ਜੰਮੇ ਪੰਜਾਬ ਤੇ ਹਰਿਆਣਾ ਤਾਂ ਇਹਨੂੰ ਮੁੜਕ ਨੂੰ ਚਲਾ ਰਿਹਾ ਵੀ ਪੰਜਾਬ ਤੇ ਹਰਿਆਣਾ ਵਾਲਾ ਤੁਸੀਂ ਐਂ ਧੱਕੇ ਕਰੀ ਜਿਉਂਗੇ ਫਿਰ ਔਕਾਉਂਗਾ ਸੋ ਮੈਨੂੰ ਐਂ ਲੱਗਦਾ ਹੈ ਵੀ ਇਹਦੇ ਵਿੱਚ ਇਹ ਸਹੀ ਗੱਲ ਹੈ ਕਿ ਕੈਨੇਡਾ ਦੇ ਨਾਲ ਸਬੰਧ ਸੁਖਾਵੇਂ ਬਣਾਉਣੇ ਚਾਹੀਦੇ ਨੇ ਜਿਹੜੇ ਕਹਿੰਦੇ ਟ੍ਰੂਡੋ ਐ ਕਰਦਾ ਟੂਟੂ ਐ ਕਰਦਾ ਉردو ਦਾ ਜਿਹੜਾ ਕਸੂਰ ਹੋ ਉਹਨਾਂ ਤੁਸੀਂ ਡਿਪਲੋਮੈਟਿਕਲੀ ਦੱਸੋ ਤੁਸੀਂ ਉਹਨੂੰ ਪਬਲਿਕ ਇਸ਼ੂ ਕਿਉਂ ਬਣਾ ਲਿਆ ਕੀ ਭਾਰਤ ਸਰਕਾਰ ਨੇ ਫੈਸਲਾ ਕਰ ਲਿਆ ਵੀ ਆਪਾਂ ਇਹਨੂੰ ਪਬਲਿਕ ਇਸ਼ੂ ਬਣਾਉਣਾ ਲੋਕਾਂ ਦੀ ਲੋਕਾਂ ਨਾਲ ਲੜਾਈ ਕਰਾਉਣੀ ਹੈ ਡਿਪਲੋਮੈਟਿਕ ਲੈਵਲ ਤੇ ਕਿਉਂ ਨਹੀਂ ਕਰ ਸਕੀ ਸਰਕਾਰ ਇਹਦਾ ਮਤਲਬ ਸਰਕਾਰ ਕਮਜ਼ੋਰ ਹੈ ਸਿਰਕਾਰ ਕੂਟਨੀਤੀਕ ਚੱਲਾਂ ਦੇ ਰਾਹੀਂ ਕੰਮ ਕਰਨ ਦੀ ਬਜਾਏ ਐਡੀ ਗੱਲ ਜੇ ਉੱਥੇ ਕੋਈ ਗਵਰਨਮੈਂਟ ਵੀ ਕਰਦਾ ਹੈ ਉਹਨੂੰ ਕੂਟਨੀਤੀ ਰਾਹੀਂ ਹੱਲ ਕਰਨ ਦੀ ਬਜਾਏ ਬੰਦੇ ਭੇਜ ਕੇ ਮਰਵਾ ਰਹੀ ਆ ਆਪ ਹੀ ਮੰਨੇ ਨੇ ਨਿੱਜ ਦਾ ਜਿਹੜਾ ਕਾਤੜਾ ਉਹਦਾ ਕੀ ਜਵਾਬ ਦੇਣਗੇ ਕਿ ਜੇ ਉਹ ਕਹਿੰਦੇ ਨੇ ਵੀ ਆ ਤੁਹਾਡੇ ਕਿਉਂਕਿ ਇੱਥੋਂ ਜੇ ਇਹਦੇ ਵਿੱਚੋਂ ਇੰਟਰਵਿਊ ਹੁੰਦੀ ਆ ਸੋ ਇਸ ਕਰਕੇ ਸਾਨੂੰ ਅੱਜ ਲੋੜ ਕੀ ਹੈ ਸਾਨੂੰ ਲੋੜ ਇਹ ਹੈ ਹਰ ਦੇਸ਼ ਆਪਦੀ ਕੂਟਨੀਤਿਕ ਚਾਲ ਚੱਲਦਾ ਹੈ ਚੱਲਣ ਦੀ ਲੋੜ ਵੀ ਹੁੰਦੀ ਆ ਸੀ ਵੀ ਚਾਹਦੇ ਆ ਕਿ ਕੋਈ ਆਏ ਤਾਂ ਹੈ ਨਹੀਂ ਜੁਨੀਅਰ ਤਰ੍ਹਾਂ ਖਾ ਨਾ ਅਸੀਂ ਕੋਈ ਗਾਜਰ ਮੂਲੀਆਂ ਵੀ ਸਾਨੂੰ ਕੋਈ ਐਂ ਖਾ ਜੇ ਇਹ ਅੰਗਰੇਜ਼ੀ ਗੱਲ ਨੂੰ ਬਣਾਣਾ ਰਿਹਾ ਰਿਪਬਲਿਕ ਕਹਿੰਦੇ ਨੇ ਸਾਡੀ ਲੋੜ ਇਹ ਹੈ ਕਿ ਅਸੀਂ ਡਾਂਗੋ ਸੋਟੀ ਹੋਣ ਦੀ ਬਜਾਏ ਪਬਲਿਕ ਦੇ ਵਿੱਚ ਝਗੜਾ ਪੈਦਾ ਕਰਨ ਦੀ بجائے ਅਸੀਂ ਆਪਣੀ ਕੂਟਨੀਤੀ ਨੂੰ ਤਾਕਤ ਦੇਈਏ। ਸਾਡੀ ਕੀਤੇ ਨਾ ਕੀਤੇ ਕੂਟਨੀਤੀ ਦੀ ਕਮਜ਼ੋਰੀ ਹੈ। ਜਦ ਬੰਦਾ ਦਲੀਲ ਖਾਰਦਾ ਉਦੋਂ ਥੱਪੜ ਮਾਰਦਾ ਹੈ। ਜਦ ਦਲੀਲ ਖਾਰਦਾ ਉਦੋਂ ਗਾਲ ਕੱਢਦਾ ਹੈ। ਜਦ ਦਲੀਲ ਖਾਰਦਾ ਰੌਲਾ ਪਾ ਕੇ ਲੋਕਾਂ ਨੂੰ ਇਕੱਠੇ ਕਰਦਾ ਹੈ। ਜਦ ਉਹਦੀ ਦਲੀਲ ਚ ਦਮ ਹੈ, ਦਲੀਲ ਨਾਲ ਜਿੱਤਦਾ ਹੈ, ਆਪਣੀ ਨੀਤੀ ਨਾਲ ਜਿੱਤਦਾ ਹੈ, ਉਦੋਂ ਲੋੜ ਹੀ ਨਹੀਂ ਉਹਨੂੰ ਬਾਕੀ ਗੱਲਾਂ ਦੀ। ਸੋ ਆ ਜਿਹੜਾ ਕੁਝ ਅਸੀਂ ਕਰ ਰਹੇ ਹਾਂ ਇਹਦਾ ਮਤਲਬ ਸੀ ਕਿਤੇ ਕੂਟਨੀਤਿਕ ਤਾਰ ਦੇ ਉੱਤੇ ਕਮਜ਼ੋਰ ਹੈ। ਜੇ ਅਸੀਂ ਕੂਟਨੀਤਕ ਤੌਰ ਦੇ ਉੱਤੇ ਸਾਡੀ ਕਮਜ਼ੋਰੀ ਕੈਨੇਡਾ ਦੇ ਵਿੱਚ ਨਾ ਹੋਈ ਹੁੰਦੀ ਤਾਂ ਫਿਰ ਅਸੀਂ ਇਹ ਸਾਨੂੰ ਛਦਾਈ ਜ਼ਬਰਦਸਤ ਹੀ ਹੈ। ਇੰਨੀ 1.45 ਕਰੋੜ ਦੀ ਆਬਾਦੀ ਹੈ। ਅਸੀਂ ਕਿਹੜਾ ਕਿਸੇ ਦਾ ਕੋਈ ਆਧਾਰ ਲੈ ਕੇ ਖੜਿਆਂਗੇ? ਤੋਂ ਅਸੀਂ ਮਤਲਬ ਇੱਕ ਛੋਟੇ ਜਿਹੇ ਕੈਨੇਡਾ ਵਰਗੇ ਦੇਸ਼ ਦੇ ਉੱਤੇ ਵੀ ਉਹ ਸਾਡੇ ਦੀ ਕਿਵੇਂ ਭਾਰ ਹੋ ਜਾਊਗਾ? ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਕੂਟਨੀਤਕ ਤੌਰ ਦੇ ਉੱਤੇ ਉਹਨੇ ਸਫਲ ਨਹੀਂ ਹੈਗੇ ਜਾਂ ਫਿਰ ਅਸੀਂ ਕੂਟਨੀਤੀ ਨੂੰ ਲਾਮਾ ਕਰਤਾ। ਅਸੀਂ ਕਹਿੰਦੇ ਅਸੀਂ ਤਾਂ ਡੰਡੇ ਨਾਲ ਹੀ ਚਲਾਉਣਾ ਉਹ ਫਿਰ ਵੈਸੀ ਗੱਲ ਤਾਂ ਜੇ ਕੋਈ ਬੰਦਾ ਕਹਿੰਦਾ ਵੀ ਮੈਂ ਦੂਜੇ ਦੇ ਘਰ ਜਾ ਕੇ ਤੇ ਬੰਦਾ ਮਾਰੂਗਾ ਫਿਰ ਦੂਜਾ ਕਿ ਤੁਹਾਡੇ ਘਰੇ ਕਿਉਂ ਨਹੀਂ ਮਾਰੂ ਭਈ ਇਹਦਾ ਜਵਾਬ ਤਾਂ ਦੇਣ ਨਾ ਉਹ ਕਹਿੰਦਾ ਜੀ ਮੈਂ ਤੁਹਾਡੇ ਘਰੇ ਆ ਕੇ ਮਾਰੂ ਕਿਉਂਕਿ ਮੇਰਾ ਦੁਸ਼ਮਣ ਹੈ ਇਹ ਮੇਰੇ 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 ਜੋਕਾਂ ਨੂੰ ਖਰਾਬ ਕਰ ਗਿਆ ਮੰਨ ਲਿਆ ਉਹ ਕਹਿੰਦਾ ਜੀ ਤੁਸੀਂ ਸਾਡਾ ਨੂੰ ਖਰਾਬ ਕਰ ਰਹੇ ਹੋ ਐਂ ਹੀ ਤੁਹਾਡਾ ਨੂੰ ਮਾਰਾਂਗੇ ਫੇ ਚੱਕਦੇ ਮੁੱਕ ਨਹੀਂ ਨਹੀਂ ਇਸ ਕਰਕੇ ਆਪਾਂ ਨੂੰ ਇਹ ਸਮਝ ਦੂਜਾ ਜੇ ਲੋ ਉਹਨਾਂ ਨੇ ਕਿਹਾ ਉਹਨਾਂ ਤਾਂ ਫਿਰ ਸ਼ਾਂਤ ਕਰ ਲਈ ਚਲੋ ਉਹਨਾਂ ਦੀ ਵੀ ਲੋੜ ਹੈ ਇਹ 4 ਲੱਖ ਬੰਦਾ ਜਿਹੜਾ ਉਹਦੇ ਆ ਗਿਆ ਜੇ ਪੰਜਾਬੀ ਇੱਥੇ ਬਸੂ ਕਿਵੇਂ ਬਚੂ ਕਿਵੇਂ ਇੱਥੇ ਤਾਂ ਪਹਿਲਾਂ ਨੂੰ ਜਗ੍ਹਾ ਨਹੀਂ ਹੈ ਇੱਥੇ ਤਾਂ ਪਹਿਲਾਂ ਤਾਂ ਬੜਾ ਹਾਲ ਹੋ ਜਾਂਦਾ ਪਰ ਨੌਜਵਾਨ ਦੀ ਤੁਸੀਂ ਮੈਨੂੰ ਦੱਸੋ ਐ ਕਰਿਓ ਇਹ ਪੁਰ ਹੰਤਮਾਨ ਇਕੱਠਾ ਕਰ ਲੈ ਇਹ ਕਾਦੀ ਇਕੱਠੇ ਕਰ ਲੈਣਾ ਇਹ ਬੀਜੇਤੀ ਵਾਲੇ ਇਕੱਠੇ ਕਰ ਲੈਣਾ ਤੁਸੀਂ ਇੱਥੋਂ ਦੇ ਜਿਹੜੇ 15 ਤੋਂ 25 ਸਾਲ ਦੇ ਜਾਂ 18 ਤੋਂ 25 30 ਸਾਲ ਤੱਕ ਦੇ ਨੌਜਾਨ ਲੜਕੇ ਲੜਕੀਆਂ ਨੇ ਗੱਭਰੂ ਚ ਮਟਿਆਰਾਂ ਨੇ ਜਿਹੜੇ 15 ਤੋਂ 19 ਸਾਲ ਦੇ ਖਾਸ ਕਰਕੇ ਉਹਨਾਂ ਨੂੰ ਇਕੱਠੇ ਕਰਕੇ ਪੁੱਛ ਕੇ ਦੇਖ ਲਿਓ ਵੀ ਤੁਹਾਨੂੰ ਐ ਲੱਗਦਾ ਵੀ ਪੰਜਾਬ 'ਚ ਤੁਸੀਂ ਮਹਿਫੂਜ਼ ਹੋ। ਕਹਿੰਦਾ ਕੁਝ ਦੇ ਪੁੱਛਾ ਕੇ ਮੈਂ ਮਹਿਫੂਜ਼ ਹਾਂ ਕੀ ਧਰਮ ਹੈ ਕੀ ਜਾ ਕੁਝ ਨਹੀਂ ਸਿਰਫ ਇਹਨਾ ਪੁੱਛਣਾ ਵੀ ਤੁਹਾਨੂੰ ਐ ਲੱਗਦਾ ਵੀ ਅਸੀਂ ਪੰਜਾਬ 'ਚ ਠੀਕ ਠਾਕ ਹਾਂ। ਇੱਕ ਅਕਾ ਕੇ ਸਮਝ ਕੇ ਅਹੀਂ ਤੁਸੀਂ ਅਗਲੀ ਪੀੜ੍ਹੀ ਆ ਤੁਹਾਡੀ 15 ਤੋਂ 19 ਸਾਲ ਦੇ ਗੱਪਰੂ ਤੇ ਮਠਿਆਰਾ ਜਿਨ੍ਹਾਂ ਨੇ ਮੁਟਕਲ ਚਲਾਉਣਾ ਹੈ ਉਹਨਾਂ ਕੋਈ ਇੱਕ ਵੀ ਤੁਹਾਡੇ ਨਾਲ ਨਹੀਂ ਕੋਈ ਇੱਕ ਨੂੰ ਵੀ ਅਤਸੱਦੀ ਨਹੀਂ ਅਸੀਂ ਪਾਉਂਦੇ ਸੀ ਸੁਖਿੰਦਰ ਅੱਜ ਕਹਿੰਦੇ ਆਂ ਇਹ ਭੁਖਾਂਗੇ ਜੇ ਮਿਲੇ ਕਿੰਗਰੇ ਸਾਡੇ ਚ ਕੀ ਕਹਾ ਤਾ ਸੀ ਸਭ ਕੁਝ ਕਰ ਲਗੇ ਸਾਡੇ ਕੋ ਸਭ ਕੁਝ ਹੈਗਾ ਪੰਜਾਬ ਚ ਹੁਣ ਤਾਂ ਕਿਸੇ ਦੇ ਕੋਈ ਉਮੀਦ ਹੀ ਨਹੀਂ ਹੈ ਕਿਸੇ ਨੂੰ ਕਿਉਂ ਹੋ ਗਿਆ ਹੈ ਜਾ ਪੰਜਾਬ ਕਿਹਨੇ ਕਰਤਾ ਤੁਸੀਂ ਪੰਜਾਬ 'ਚ ਉਮੀਦ ਬਣਾਓ ਨਾ ਕਿ ਦੇ ਉਮੀਦੀ ਪੈਦਾ ਕਰੋ ਇਹ ਭੀਮੀ ਜੀ ਤਾਂ ਰਕਰ ਰਹੇ ਨੇ ਇਹ ਪੰਜਾਬ ਦਾ ਇੰਨਾ ਮਾੜਾ ਹਾਲ ਹੈ 4 ਲੱਖ ਬੰਦਾ ਜੇ ਵਾਪਸ ਆ ਗਿਆ ਤਾਂ ਕਰਨ ਗਈ ਤੋ ਐਵੇਂ ਟਾਰਾ ਮਾਰਨ ਦਾ ਫਾਇਦਾ ਨਹੀਂ ਉਹਨਾਂ ਦਾ ਕੋਟ ਨਹੀਂ ਤੇ ਗ੍ਰਿਸ਼ ਰੇਸ ਨੂੰ ਸਦਾਰੋ ਲੋੜ ਉਹਨਾਂ ਨੂੰ ਵੀ ਆ ਸਾਡੀ ਕਿ ਲੋੜ ਸਾਨੂੰ ਵੀ ਆਉਂਦਾ ਉਹ ਜਿਵੇਂ ਪਾਕਿਸਤਾਨ ਦੀ ਬੰਦ ਤੇ ਕਿਸੇ ਨੇ ਕਿਹਾ ਰੋਇ ਤੁਸੀਂ ਵੀ ਤੇ ਰੋਏ ਅਸੀਂ ਵੀ ਇਸੇ ਤਰ੍ਹਾਂ ਉਹਨਾਂ ਨੂੰ ਵੀ ਲੋੜ ਹੈ ਸਾਨੂੰ ਵੀ ਲੋੜ ਹੈ ਆ ਬੈਠ ਕੇ ਦੋ ਦਿਨ ਦੀਆਂ ਗੱਲਾਂ ਕਰ ਇਹ ਰੋਣਾ ਤੋਣਾ ਹੁਣ ਹੋ ਗਿਆ ਹੁਣ ਦੋ ਗੱਲਾਂ ਹੱਸ ਕੇ ਵੀ ਕਰਦੀ ਐ ਇਹ ਗੱਲ ਇਸ ਪਾਸੇ ਨੂੰ ਜਾਣਦ ਡੋਣਾ ਐ ਇਸ ਪਾਸੇ ਜਾਵਾਂਗੇ ਤਾਂ ਥੋੜਾ ਖੁਸ਼ ਆਗ ਰਹੇ ਮੈਂ ਕਿਉਂਕਿ ਮੇਰਾ ਕਿੱਤਾ ਇਹ ਜਾਇ ਜੇ ਬੰਦਾ ਖੁਸ਼ ਆ ਰਹਿੰਦਾ ਨਾ ਉਹ ਬਿਮਾਰ ਨਹੀਂ ਹੁੰਦਾ ਉਹਦਾ ਬਿਮਾਰ ਜ਼ਿਆਦਾ ਉਹ ਹੁੰਦੇ ਨੇ ਜਿਹੜੇ ਕਿੜੇ ਜਾਂਦੇ ਨੇ ਛੋਟਾ ਧਨੀ ਕਿਰਕੜ ਕਰ ਜਾਂਦੇ ਨੇ ਦੁਖੀ ਰਹਿੰਦੇ ਨੇ ਹਰੇਕ ਦੂਜੇ ਨੂੰ ਮਾੜਾ ਸਮਝੀਏ ਮੈਂ ਨਹੀਂ ਕਰਿਆ ਉਹ ਨਹੀਂ ਕਰਾ ਉਹ ਉਹ ਜ਼ਿਆਦਾ ਬਿਮਾਰ ਹੁੰਦੇ ਨੇ ਜਿਹੜੇ ਖੁਸ਼ ਰਹਿੰਦੇ ਨੇ ਨਾ ਦੋ ਪੰਨਿਆਂ ਦੋ ਵਿਸਰਗਿਆਂ ਸਾਧਕੇ ਮੇਰੀ ਝੂਈ ਦੇ ਹੈ ਤੇ ਉਹ ਨੂੰ ਕੁਝ ਨਹੀਂ ਹੁੰਦਾ ਸੱਚੀ ਗੱਲ ਮੈਂ ਤੁਹਾਨੂੰ ਦੱਸਦਾ ਇਹ ਸਭ ਰੈਟਿਕਲ ਦਾ ਹੁਕਮ ਹੈ ਇਹ ਜਦ ਮੈਂ ਸਧਾਰਨ ਪਾਸ਼ਾ ਜਾਣ ਕੇ ਦੱਸ ਰਿਹਾ ਮੈਂ ਲਛੇਦਾਰ ਪਾਸ਼ਾ ਛਵੀ ਕਹਿ ਸਕਦਾ ਉਹ ਮੈਂ ਜਾਣ ਕੇ ਨਹੀਂ ਕਹਿ ਰਿਹਾ ਇੱਕ ਮੈਂ ਅਠਿਕਲ ਕਿਹੋ ਜਿਹਾ ਨੇ ਲਛੇਦਾਰ ਪਾਸ਼ਾ ਜਿਹੜੀ ਪਾਸ਼ਾ ਡਾਕਟਰੀ ਚਾਹੁੰਦੀ ਹੁੰਦੀ ਹੈ ਪਰ ਇੱਥੇ ਮੈਂ ਉਸ ਆਸਾਨ ਪਾਸਾ ਜਿਹਾ ਨਾ ਕਿ ਹਸਣਾ ਖੇਡਣਾ ਨੱਚਣਾ ਪਰ ਗੁਰਵਾਨੀ ਦੇ ਵਿਸ਼ੇ ਇਸ ਨਾਲ ਖੇਡਣਾ ਮਨ ਕਾ ਚਾਹ ਹੈ ਜਸੰਧਾਨ ਖੇਨ ਅਖੰਡਿਆ ਪੰਦੇ ਵਿਚੇ ਮੁਕਤ ਪਾਈ ਇਹ ਹੀ ਹੈ ਅਸਲੀ ਸੋ ਅੱਜ ਸਾਡੀ ਲੋੜ ਹੈ ਅਕਾਲੀ ਦਲ ਚ ਕਿ ਜਥੇਦਾਰ ਸਾਹਿਬਾਨ ਜਿਸੀ ਕਿਸੇ ਜਿਹੜਾ ਕੋਈ ਵਿਵਾਦ ਪੈਦਾ ਹੋਇਆ ਸੀ ਉਹ ਮੰਦ ਭਾਗਾ ਸੀ ਜੋ ਧਿਆਨਬਾਜੀ ਹੋਈ ਦੋਹਾਂ ਧਿਰਾਂ ਵੱਲੋਂ ਉਹ ਵੀ ਮੰਦ ਭਾਗੀ ਸੀ ਪਰ ਉਹ ਕਿਉਂਕਿ ਹੱਲ ਹੋ ਗਈ ਹੁਣ ਕਿਉਂਕਿ ਇੱਕ ਗਿਆਨੀ ਹਰਕੀ ਸਿੰਘ ਨੇ ਖੁਦ ਕਹਿਤਾ ਵੀ ਹੱਲ ਹੋ ਗਈ ਤੇ ਹੁਣ ਉਹਨੂੰ ਤੋੜ ਦੇਣ ਦੀ ਕੋਈ ਫਾਇਦਾ ਨਹੀਂ ਹੈ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹ ਮਾੜਾ ਮੋਟਾ ਕੋਈ ਫਰਕ ਨਹੀਂ ਰਹੇਗਾ ਆਪਣੇ ਹੱਲ ਕਰਨੀ ਹੈ ਸਿਆਣੇ ਨੇ ਮੁੰਡੇ ਦੂਜਾ ਦੂਜਾ ਇਹ ਜੇ ਸਿੱਖਿਆ ਨੂੰ ਸੁਧਾਰਨਾ ਹੈ ਤਾਂ ਕੋ ਨੂੰ ਸਿੰਗਾਪੁਰ ਜਾ ਕੇ ਸਿੱਖਿਆ ਨਹੀਂ ਮਿਲਣੀ ਇੱਥੇ ਸੋਚੋ ਤੀਜਾ ਜੇ ਪੈਸਾ ਇਕੱਠਾ ਕਰਨਾ ਹੈ ਕਿਸੇ ਬਾਹਰ ਲੈਣੇ ਕਿਸੇ ਆਈਆਰਐਸ ਨੇ ਨਹੀਂ ਤੁਹਾਨੂੰ ਦੱਸਣਾ ਦੇਖਣਾ ਹੈ ਵੀ ਪੈਸਾ ਆਉਣਾ ਕਿੱਥੋਂ ਇਹ ਨਾ ਸੋਚੀ ਜਾਇਓ ਪੈਸਾ ਇਕੱਠਾ ਕਰਨ ਦੇ ਬਹਾਨੇ ਅੱਧੇ ਪੈਸੇ ਉਹ ਜਾ ਕੇ ਸੈਂਟਰ ਨੂੰ ਦਿਵਾਉਣ ਲੱਗ ਜਾਣ ਤੁਹਾਡਾ ਹੋਰ ਜ਼ਵਾਡਾ ਕਰ ਦੇਣਾ ਪੈਸੇ ਤਾਂ ਪੰਜਾਬੀਆਂ ਦੀ ਜੇਬ ਚ ਹੀ ਜਾਏਗਾ ਨਾ ਤੁਸੀਂ ਸੂਬੇ ਵਾਸਤੇ ਪੈਸਾ ਇਕੱਠਾ ਕਰੋ ਨਾ ਕਿ ਕੇਂਦਰ ਵਾਸਤੇ ਕੇਂਦਰ ਵਾਸਤੇ ਫਾਂਟੂ ਟੈਕਸ ਨਾ ਲਾਉਣਾ ਨਾ ਰੋਕਾਂ ਤੇ ਜਿਹੜਾ ਕੇਂਦਰ ਕੀ ਜਾਣਾ ਹੋਵੇ ਉਹ ਜਿਹੜਾ ਟੈਕਸ ਲਾਓ ਉਹਨੇ ਉਹ ਟੈਕਸ ਦੀ ਰਾਏ ਦਿੱਤੀ ਆ ਜਿਹੜਾ ਲੋਕ ਸੂਬੇ ਕੇਂਦਰ ਕੋਲ ਜਾਣਾ ਹੈ ਅੱਦਾ ਹੋ ਗਈ ਇਸ ਕਰਕੇ ਉਹ ਗਲਤ ਹੈ ਉਹ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਜਿਹੜਾ ਸਾਡੇ ਵਿਦੇਸ਼ ਦੇ ਨਾਲ ਖਾਸ ਕਰਕੇ ਕੈਨੇਡਾ ਨਾਲ ਜਿਹੜੇ ਸਬੰਧ ਨੇ ਜਿਹੜਾ ਝਗੜਾ ਹੋਇਆ ਹੋਇਆ ਉਸ ਨੂੰ ਕੂਟਨੀਤਿਕ ਤਰੀਕੇ ਨਾਲ ਹੱਲ ਕਰੋ ਉਸ ਨੂੰ ਨਾ ਵਧਾਓ ਉਹਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਜਦ ਦੋ ਭਾਂਡੇ ਖੜਕਦੇ ਨੇ ਤਾਂ ਕੋਈ ਨਾ ਕੋਈ ਕਿਸੇਰ ਦੋਹਾਂ ਦੀ ਪੈਦੀ ਆ ਤੇ ਸਾਨੂੰ ਅਜੇ ਲੋੜ ਐ ਕੈਨੇਡਾ ਨੂੰ ਵੀ ਲੋੜ ਐ ਸਾਨੂੰ ਵੀ ਲੋੜ ਐ ਕਿ ਸਾਡੇ ਬੱਚੇ ਉੱਥੇ ਹੈਗੇ ਨੇ ਉੱਥੇ ਉਹਨਾਂ ਦੀਆਂ ਦਿੱਕਤਾਂ ਵੀ ਬਹੁਤ ਨੇ ਉਹੀ ਉਹ ਸੋਲਵ ਕਰ ਲੈਣ ਚੰਗੀਆਂ ਨਵੀਆਂ ਨਾ ਪੈਦਾ ਕਰਨ। ਕਿ ਉਹ ਜੇ ਉਹਲੇ ਆਉਂਦੇ ਨੇ ਕਿ ਜਿੱਥੇ ਇਹ GST ਲਾ ਕੇ ਪੈਸਾ ਕਮਾਉਣਾ ਚਾਹੁੰਦੇ ਨੇ ਉਹਨਾਂ ਦੇ ਰਹੀ ਪੈਸਾ ਬਥੇਰ ਰਕਮ ਆਇਆ ਜਾਊਗਾ ਔਰ ਇਹ ਉਹਨਾਂ ਦੇ ਵੀ ਜਮਾ ਜੋ ਹੀ ਖੁੱਡੇ ਕਰਨ ਬਲਕੇ ਵੀ ਜਰ ਵੀਜਾ ਕੀ ਹੈ ਤੁਹਾਨੂੰ ਪੱਕਾ ਹੀ ਵੀਜਾ ਜਿੱਦਿਆਂ ਦਿਲ ਕਰੇ ਆ ਜਾ ਕਰੋ ਦਿਲ ਕਰੇ ਚਲੇ ਜਾਇ ਕਰੋ ਹਵਾਈ ਜਹਾਜ਼ ਭਰੇ ਜਾਣਗੇ ਹਵਾਈ ਲਾਈਨਾਂ ਚੜਨ ਗਿਆ ਗੱਡੀਆਂ ਚੜਨ ਗਿਆ ਦਿੱਲੀ ਤੋਂ ਹੋ ਫੜਨੇ ਨੇ ਫਿਰ ਰਸਤੇ 'ਚ ਹੋਟਲਾਂ 'ਚ ਰੋਟੀ ਖਾਣਗੇ ਫਿਰ ਉਰੇ ਆ ਕੇ ਸਮਾਨ ਖਰੀਦਣਗੇ ਫਿਰ ਕੁਝ ਸਮਾਨ ਉਤੋਂਦੇ ਹੋਣਗੇ ਇਹ ਕਾਫੀ ਕੁਝ ਜਿਹੜਾ ਸਾਡੇ ਅਰਥਚਾਰੇ ਨੂੰ ਫਾਇਦਾ ਹੋਏਗਾ ਦੂਜਾ ਉੱਥੋਂ ਆਉਣਗੇ ਜਾਣਗੇ ਇੱਕ ਦੂਜੇ ਨੂੰ ਮਿਲਣਗੇ ਤਾਂ ਲੜਾਈਆਂ ਝਗੜੇ ਵੀ ਘਟਣਗੇ ਇਸ ਕਰਕੇ ਮੈਨੂੰ ਆਏ ਲੱਗਦਾ ਹੈ ਵੀ ਆਪਾਂ ਇਸ ਪਾਸੇ ਨੂੰ ਹੁਣ ਵਧੀਏ ਹੋਤਾ ਜੀ ਕੋਈ ਰਸਤਾ ਨਾ ਮਿਲਦਾ। ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਤੁਹਾਡਾ। ਸ਼ੁਕਰੀਆ। ਸੋ ਅਕੀਰਤ ਵਿੱਚ ਦਰਸ਼ਕਾਂ ਨੂੰ ਫਿਰ ਅਪੀਲ ਕਰਦੇ ਆ ਕਿ ਕੱਲ ਨੂੰ 19 ਤਰੀਕ ਨੂੰ ਇੱਕ ਵੱਡੀ ਮੀਟਿੰਗ ਜਿਹੜੀ ਹੈ ਕੇਂਦਰੀ ਸ਼ਰਗੂਤ ਸਿੰਘ ਸਭਾ 'ਚ ਸਵੇਰੇ 11:00 ਵਜੇ 19 ਤਰੀਕ ਨੂੰ ਸੱਦਣੀ ਹੈ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੇ ਮਾਮਲੇ ਦੇ ਵਿੱਚ ਜੋ ਸਰਕਾਰ ਦਾ ਜ਼ਬਰ ਹੈ ਉਹਦੇ ਵਿਰੋਧ Uh, डॉक्टर पैरा लाल गर्ग डॉ खुशहाल सिंह सुसायी सारे मिलकर उपराला कर रहे हैं अगले एक्शन का एलान होगा कि किमें की, कुछ किए बढ़िया है, अपने विचार कमेंट जरूर करो